ਠੀਕ ਹੈ ਤੇ ਹੁਣ ਤੱਕ ਜੱਟਵਾਦ ਦਾ ਜਿਹੜਾ ਹੈਗਾ ਇੱਥੇ ਦਬ ਦਬਾ ਰਿਹਾ ਹੈ ਜਿਹੜੇ ਵੀ ਮਤਲਬ ਸੀਐਮ ਬਣਦੇ ਰਹੇ ਹੁਣ ਤੱਕ ਤਕਰੀਬਨ ਉਹ ਇਨਾ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਜਿਹੜਾ ਬੰਦਾ ਸੌਖਾ ਹੈਗਾ ਭਾਵੇਂ ਉਹ ਦਲਤਾਂ ਦੇ ਵਿੱਚ ਬੈਠਾ ਜਿਵੇਂ ਆਪਣੇ ਤੁਹਾਡੇ ਸੀਐਮ ਸਾਹਿਬ ਹੀ ਹੈਗੇ ਉਸ ਬੰਦੇ ਕੋਲ 15-16 ਕਰੋੜ ਰੁਪਏ ਦੀ ਜਾਇਦਾਦ ਹੈਗੀ ਦਿਖਾਉਣ ਵਾਸਤੇ ਉਹ ਦਲਤ ਕਿਵੇਂ ਕਮਾਗੇਗਾ ਵਾ ਡੱਡੂਆਂ ਦੀ ਪਸੇਰੀ ਕੁਝ ਕਰਨ ਦੇਊਗੀ ਤਾਂ ਫੇਰ ਹੀ ਨਾ ਸਟੇਬਲ ਹੋਣਗੇ ਤਾਂ ਕੁਝ ਕਰਨਗੇ ਕੀ ਕਰਕੇ ਵਿਖਾ ਸਕਦੇ ਆ ਮੰਨ ਲਓ ਨਵਜੋਤ ਸਿੰਘ ਸਿੱਧੂ ਬਾਹਰ ਹੋ ਗਿਆ ਜਿਸ ਤਰ੍ਹਾਂ ਦਾ ਰੁਝਾਨ ਆ ਨਾ ਅੱਜ ਹੁਣ ਆਪਾਂ ਗੱਲ ਕਰ ਰਹੇ ਆ ਇਸ ਤਰ੍ਹਾਂ ਦਾ ਹਾਈ ਕਮਾਂਡ ਵੱਲੋਂ ਜਿਹਾ ਦਿਖਾਇਆ ਜਾ ਰਿਹਾ ਤਾਂ ਹੋ ਸਕਦਾ ਉਹ ਜਿਆਦਾ ਮੂੰਹ ਨਾਲ ਆਉਣੇ ਜੋ ਠੱਗੀ ਤੇ ਲੁੱਟਖੋ ਜਿਹੜੀ ਹੋਈ ਹੈ ਪਿਛਲੇ 4.5 ਸਾਲਾਂ ਚ ਉਹ ਹੁਣ ਤੱਕ ਦੀ ਸਭ ਤੋਂ ਵੱਡੀ ਮਤਲਬ ਇਹ ਲੁੱਟਖੋ ਸੀ ਬੜੇ ਮਾਰਨਾ ਕਹਿੰਦੇ ਅੱਜ ਮੈਂ ਸੁਣਿਆ ਸੀ ਕਿ ਬਟਾ 17 ਸਾਲ ਤੋਂ ਮੈਂ ਰਾਜਨੀਤੀ ਵਿੱਚ ਹੈਗਾ 17 ਸਾਲ ਦੀ ਰਾਜਨੀਤੀ ਦੀ ਕੋਈ ਪ੍ਰਾਪਤੀ ਵੀ ਦੱਸ ਦਿਓ ਆਪਾਂ ਖਟਿਆ ਕੀ ਹੈ ਜਾਂ ਆਪ ਲੋਕਾਂ ਵਾਸੀ ਕੀਤਾ ਕੀ ਹੈਗਾ ਗੱਲਾਂ ਹੀ ਕੀਤੀਆਂ ਨਾ ਤੇ ਗੱਲਾਂ ਤੇ ਫਿਰ ਆਪਾਂ ਉੱਥੇ ਜਿਹੜਾ ਕਪਿਲ ਸ਼ੋਸ਼ੀ ਤੋ ਹਾਈ ਕੋਰਟ ਵੀ ਜਿਹੜੀ ਹੈਗੀ ਆ ਉੱਥੇ ਵੀ ਬਹੁਤ ਜ਼ਿਆਦਾ ਸਾਫ ਸੁਵਾਈਆਂ ਦੀ ਲੋੜ ਆ ਉੱਥੇ ਵੀ ਮੈਂ ਕਹਿੰਦਾ ਉਹਨਾਂ ਬੜੇ ਥੱਲੇ ਦੇ ਕਰਤਾਰ ਦੇ ਲੋਕ ਭਰ ਗਏ ਤੇ ਉਥੋਂ ਜਿਹੜਾ ਇਨਸਾਫ ਦੀ ਉਮੀਦ ਆਪਾਂ ਮੰਦਰ ਕਹਿੰਦੇ ਸੀਗੇ ਮੰਦਰ ਤਾਂ ਉਵੇਂ ਜਿਵੇਂ ਹੈਗੇ ਕਾਨੂੰਨ ਵੀ ਹੋਏ ਹੈਗੇ ਪਰ ਉਹਨੂੰ ਲਾਗੂ ਕਰਨ ਵਾਲੇ ਜਿਹੜੇ ਲੋਕ ਹੈਗੇ ਬੜੇ ਨੀਵੇਂ ਪੱਧਰ ਦੇ ਹੋ ਗਏ ਆ ਮੈਂ ਕਹਿੰਦਾ ਉਹਨਾਂ ਹਰ ਇੰਟਰਵਿਊ ਦੇ ਵਿੱਚ ਜਿਹੜਾ ਬੰਦਾ ਵੀ 50 55 ਸਾਲ ਦੀ ਉਮਰ ਦੇ ਉਹ ਅੱਜ ਹੈਗਾ ਉਹ ਪੰਜਾਬ ਦੀ ਬਰਬਾਦੀ ਦਾ ਜ਼ਿੰਮੇਵਾਰ ਆ ਇਹਨਾਂ ਦੇ ਵਿੱਚ ਅਸੀਂ ਖੁਦ ਸ਼ਾਮਲ ਹੈਗੇ ਹਾਂ ਸੁਣਿਆ ਸੀ ਕਦੇ ਪੰਜਾਬ ਦੇ ਵਿੱਚ ਵੀ ਕਦੇ ਉਹ ਸੈਂਟਰ ਖੋਲਣਗੇ ਜਿੱਥੇ ਬੱਚੇ ਪੈਦਾ ਹੋਇਆ ਕਰਨਗੇ ਜਿਹੜੇ ਨਗਲੀ ਤਰੀਕੇ ਦੇ ਨਾਲ ਇਹ ਪੰਜਾਬ ਦੀ ਹੈਲਥ ਹੈ ਮਨ ਲਈ ਗੱਲ ਕਹਿਣ ਲੱਗਿਆਂ ਸ਼ਰਮ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਸਿਆਸੀ ਪੁਚਾਲ ਆਇਆ ਹੋਇਆ ਹੈ ਕਾਂਗਰਸ ਦੇ ਵਿੱਚ ਇਹ ਪੁਚਾਲ ਥੰਮਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਘਟਨਾ ਜਿਹੜੀ ਹੁਣ ਅਸੀਂ ਸਾਰੇ ਜਾਣੂ ਆ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਇਹ ਪਚਾਲ ਪੂਰੀ ਸਿਆਸਤ ਨੂੰ ਹਿਲਾ ਰਿਹਾ ਹੈ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਾਂਗੇ ਬੜੀ ਬਿਵਾਕੀ ਦੇ ਨਾਲ ਉਹ ਪੰਜਾਬ ਦੀ ਸਿਆਸਤ ਦੇ ਉੱਪਰ ਆਪਣੇ ਵਿਚਾਰ ਰੱਖਦੇ ਨੇ ਬਲਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪੰਜਾਬ ਦੇ ਹੁਣ ਜਿਹੜਾ ਮਾਹੌਲ ਚੱਲ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੀ ਸਿਆਸਤ ਕਿਹੜੇ ਪਾਸੇ ਨੂੰ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਇਸ ਇਸ ਸਰਕਾਰ ਤੋਂ ਬੜੀ ਆਸਾਂ ਸਨ ਪਹਿਲਾਂ ਕੈਪਟਨ ਸਾਹਿਬ ਤੋਂ ਸੀ ਕਿ ਬੜਾ ਵਧੀਆ ਕੰਮ ਹੋਏਗਾ ਸਾਡੇ 4 ਸਾਲ ਉਹ ਸਿਆਸਤ ਦੇ ਵਿੱਚ ਰਹੇ ਸਿਆਸਤ ਦੇ ਵਿੱਚ ਹੁਣ ਵੀ ਨੇ ਉਹ ਸੱਤਾ ਦੇ ਵਿੱਚ ਰਹੇ ਜਿਵੇਂ ਉਹਨਾਂ ਦਾ ਤਖਤਾ ਪਲਟਿਆ ਚਰਨਜੀਤ ਸਿੰਘ ਚੰਨੀ ਆਏ ਉਸ ਤੋਂ ਬਾਅਦ ਲਗਾਤਾਰ ਫਿਰ ਉਸੇ ਤਰ੍ਹਾਂ ਲੋਕ ਪੰਬਲਪੂਸੇ ਦੇ ਵਿੱਚ ਨੇ ਕੀ ਬਣੇਗਾ ਪੰਜਾਬ ਦਾ ਜਿਹੜਾ ਤੁਸੀਂ ਪਹਿਲਾਂ ਕੁਐਸਚਨ ਕੀਤਾ ਵੀ ਜਿਹੜਾ ਹੁਣ ਮੌਜੂਦਾ ਹਾਲਾਤ ਹੈ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਕੰਸਰਨ ਜਿਹੜੀ ਗੱਲ ਹੈਗੀ ਹੈ ਉਹ ਇਸ ਤਰ੍ਹਾਂ ਹੈਗਾ ਕਿ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਜਿਹੜੇ ਹਾਲਾਤ ਅੱਜ ਬਣੇ ਹੋਏ ਅੱਜ ਤੋਂ 10 ਦਿਨ ਪਹਿਲਾਂ 20 ਦਿਨ ਪਹਿਲਾਂ ਜਦੋਂ ਇਹਨਾਂ ਨੇ ਕੈਪਟਨ ਅਮਿੰਦਰ ਸਿੰਘ ਨੂੰ ਉਤਾਰਨ ਦੀ ਕੋਾਇਲ ਸ਼ੁਰੂ ਕੀਤੀ ਸੀਗੀ ਵੀ ਇਹ ਜਿਹੜੀ ਕਹਾਣੀ ਹੈ ਕਿੱਧਰ ਨੂੰ ਜਾਣੀ ਹੈ ਉਦੋਂ ਹਰੇਕ ਨੂੰ ਆਪਣੇ ਆਪਣੇ ਸੈਲਫਿਸ਼ ਜਿਹੜੇ ਆਪਣੇ ਇੰਟਰਸਟ ਇਹਨਾਂ ਦੇ ਹੈਗੇ ਉਹਦੇ ਮੁਤਾਬਕ ਚੱਲ ਰਹੇ ਹਰੇਕ ਨੂੰ ਕੁਰਸੀਆਂ ਚਾਹੀਦੀਆਂ ਜਿਨ੍ਹਾਂ ਕੋਲ ਕੁਰਸੀਆਂ ਖੁਸ਼ੀਆਂ ਸੀ ਆਪਣੇ ਕੁਰਸੀਆਂ ਲੱਭਣ ਲੱਗ ਪਏ ਜਿਨ੍ਹਾਂ ਨੂੰ ਨਵੀਆਂ ਚਾਹੀਦੀਆਂ ਸੀ ਨਵੀਆਂ ਮਗਰ ਦੌੜ ਪਏ ਪਰ ਉਦੋਂ ਕਿਸੇ ਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜਾ ਜਿਹੜਾ ਨਵਾਂ ਸਿਆਸੀ ਜਿਹੜਾ ਇੱਥੋਂ ਦਾ ਰੁਝਾਨ ਹੈ ਕਿਹੜ ਤਿੰਨ ਚਾਰ ਨਾਮ ਹੋរី ਸੀਗੇ ਜਿਨ੍ਹਾਂ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸੀਗਾ ਤਾਂ ਉਹ ਇੱਕ ਜਿਹੜਾ ਕੋ ਪਾਰਟੀ ਦਾ ਕਲੇਸ਼ ਚ ਪੈਦਾ ਹੋਇਆ ਉਹਦੇ ਵਿੱਚ ਚਰਜੀਤ ਸਿੰਘ ਚੰਨੀ ਦਾ ਦਾ ਲੱਗ ਗਿਆ ਕਹਿ ਦੋ ਮਤਲਬ ਇਹਨਾਂ ਦੀ ਕਿਸਮਤ ਵਿੱਚ ਲਿਖਿਆ ਸੀ ਸੀਐਮ ਬਣਨਾ ਉਹਦਾ ਇੱਕ ਬਾਈ ਪ੍ਰੋਡਕਟ ਕਹਿੰਦੇ ਆ ਉਹਦੇ ਵਿੱਚ ਇੱਕ ਕਲੇਸ਼ ਚੱਲਿਆ ਤੇ ਇਹ ਗੱਲ ਬਣੀ ਜੀ ਦਾ ਚਰਨਜੀਤ ਚੰਨੀ ਜਿਹੜੇ ਹੈਗੇ ਉਹਨਾਂ ਦਾ ਨਾਮ ਕਿਤੇ ਨਹੀਂ ਸੀਗਾ ਇਹਨਾਂ ਦੀ ਆਪਸੀ ਕਲੇਬਾਜੀ ਕਰਕੇ ਇਹ ਚੀਜ਼ਾਂ ਸਾਹਮਣੇ ਆਈਆਂ ਉਦੋਂ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਅਸੀਂ ਆਪ ਉਹ ਹੁੰਦੇ ਨਾ ਵੀ ਤੂੰ ਨਹੀਂ ਤਾਂ ਫਿਰ ਕੋਈ ਨਹੀਂ ਜਾਂ ਮੈਂ ਤੇਰੇ ਨਾਲ ਪ੍ਰੋਬਲਮ ਹੈਗਾ ਤਾਂ ਤੂੰ ਤੀਜਾ ਸਹੀ ਉਦੋਂ ਇਸ ਗੱਲ 'ਚ ਇਹ ਕਰਤਾ ਬੈਠੇ ਇਹ ਪਰ ਉਦੋਂ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਪੰਜਾਬ ਜਿਹੜਾ ਹੈਗਾ ਇੱਕ 34% ਦੇ ਕਰੀਬ ਦੀ ਜਿਹੜੀ ਆਬਾਦੀ ਨੂੰ ਬਿਲੋਂਗ ਕਰਦਾ ਹੈ ਦਲਿਤ ਆਬਾਦੀ ਨੂੰ ਔਰ ਸਾਡੇ ਪੁਰਾਣੇ ਪੋਲੀਟਿਸ਼ਨਾਂ ਨੇ ਹੁਣ ਤੱਕ ਸਾਨੂੰ ਧਰਮ ਤੇ ਜਾਤਾਂ 'ਚ ਵੰਡ ਕੇ ਬਿਲਕੁਲ ਕਾਰਨਰ ਕੀਤਾ ਹੋਇਆ ਹੈ ਠੀਕ ਹੈ ਤੇ ਹੁਣ ਤੱਕ ਜੱਟਵਾਦ ਦਾ ਜਿਹੜਾ ਹੈਗਾ ਇੱਥੇ ਦਬ ਦਬ ਰਿਹਾ ਹੈ ਜਿਹੜੇ ਵੀ ਮਤਲਬ ਸੀਐਮ ਬਣਦੇ ਰਹੇ ਹੁਣ ਤੱਕ ਤਕਰੀਬਨ ਉਹ ਇੰਨਾ ਫੈਮਿਲੀ ਨੂੰ ਬਿਲੋਂਗ ਕਰਦੇ ਰਹੇ ਆ ਤਾਂ ਨੇਚਰਲੀ ਦਲਿਤ ਵਰਗ ਜਿਹੜਾ ਹੈਗਾ ਮੈਨੂੰ ਵਾਰ-ਵਾਰ ਕਹਿਣ ਲੱਗਾ ਦੁੱਖ ਹੁੰਦਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸਾਨੂੰ ਕੈਟੇਗਰੀਜ਼ ਕੀਤਾ ਹੋਇਆ ਹੈ ਦਲਿਤ ਕੌਣ ਹੈ ਸੀਵੀ ਦਲਿਤ ਹੈ ਜਿਹੜਾ ਬੰਦਾ ਗਰੀਬ ਆ ਦਲਿਤ ਜਾਤ ਨਾਲ ਥੋੜਾ ਬੰਦਾ ਦਲਿਤ ਹੁੰਦਾ ਜਿਹੜਾ ਬੰਦਾ ਮਜ਼ਦੂਰ ਹੈ ਗਰੀਬ ਹੈ ਜਿਹੜਾ ਰੋਟੀ ਮਿਹਨਤ ਕਰਕੇ ਬਣਾਉਂਦਾ ਉਹਦਾ ਲੇਤਾ ਤੇ ਜਿਹੜਾ ਬੰਦਾ ਸੌਖਾ ਹੈਗਾ ਭਾਵੇਂ ਉਹ ਦਲਤਾਂ ਦੇ ਵਿੱਚ ਬੈਠਾ ਜਿਵੇਂ ਆਪਣੇ ਤੁਹਾਡੇ ਸੀਐਮ ਸਾਹਿਬ ਵੀ ਹੈਗੇ ਜਿਸ ਬੰਦੇ ਕੋਲ 15 16 ਕਰੋੜ ਰੁਪਏ ਦੀ ਜ਼ਾਇਦਾਤ ਹੈਗੀ ਦਿਖਾਉਣ ਵਾਸਤੇ ਉਹ ਦਲਤ ਕਿਵੇਂ ਕਵਾਂਗੇ ਸੀ ਤੋਂ ਇਹ ਸਾਰੀਆਂ ਜਿਹੜੀਆਂ ਮਤਲਬ ਮਲਪੂਸੇ ਇਹਨਾਂ ਨੇ ਪੁਰਾਣੇ ਪਾਏ ਹੋਏ ਆ ਉਹਦੇ ਇਵਜ ਦੇ ਵਿੱਚ ਇਹ ਚੀਜ਼ ਕ੍ਰੀਏਟ ਹੋ ਗਈ ਠੀਕ ਹੈ ਇੱਕ ਬਹੁਤ ਚੰਗੀ ਘਟਨਾ ਇਸ ਕਰਕੇ ਘਟਈ ਕਿ ਜਿਹੜੇ ਦੋ ਪਰਿਵਾਰ ਹੈਗੇ ਉਹਨਾਂ ਦਾ ਗਲਬਾ ਜਿਹੜਾ ਸੀਗਾ ਉਹ ਟੁੱਟਿਆ ਇੱਕ ਵਾਰੀ ਪਰ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਕੈਬਨਿਟ ਹੈ ਉਸ ਦੇ ਵਿੱਚ ਜਦੋਂ ਉਹਨਾਂ ਨੇ ਮੰਤਰੀ ਲੈ ਆਏ ਨੇ ਉਹਨਾਂ ਮੰਤਰੀਆਂ ਦੇ ਉੱਪਰ ਸਵਾਲ ਉੱਠ ਰਹੇ ਨੇ ਕੇਜਰੀਵਾਲ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸਵਾਲ ਉਠਾਏ ਨੇ ਕਹਿੰਦੇ ਨੇ ਕਿ ਦਾਗ ਹੀ ਮੰਤਰੀਆਂ ਨੂੰ ਲਾਇਆ ਜਾ ਰਿਹਾ ਹੈ ਦਾਗ ਹੀ ਅਫਸਰਾਂ ਨੂੰ ਲਾਇਆ ਜਾ ਰਿਹਾ ਤੁਹਾਡੀ ਜੇਕਰ ਗੱਲ ਕਰੀਏ ਤਾਂ ਭਾਰਤ ਪੋਸ਼ਣ ਆਸ਼ੂ ਅੱਜ ਕੈਬਨਿਟ ਮੰਤਰੀ ਨੇ ਤੁਹਾਡਾ ਉਹਨਾਂ ਦੇ ਨਾਲ ਵਿਵਾਦ ਵੀ ਰਿਹਾ ਸੀ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਇਹ ਜਾਇਜ਼ ਹੈ ਕਿੰਨੇ ਕੁ ਕੰਨੀ ਜਿਹੜਾ ਸਹੀ ਰਾਹ ਤੇ ਚੱਲ ਰਹੇ ਨੇ ਤਾਂ ਕਿ ਉਹ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦਿਖਾ ਸਕਣ ਤਾਂ ਕਿ ਪੰਜਾਬ ਦੀ ਦਸ਼ਾ ਜਿਹੜੀ ਉਹ ਸੁਧਾਰੀ ਜਾ ਸਕੇ ਮੈਂ ਕਹਿੰਦਾ ਕਿ ਇਹਨਾਂ ਨੇ ਕੈਬਨਟ ਦੇ ਪੰਜ ਚਾਰ ਚਿਹਰੇ ਚੇਂਜ ਕੀਤੇ ਆ ਠੀਕ ਹੈ ਮੰਨ ਲਓ ਸਾਰੀ ਕੈਬਨਟ ਵੀ ਚੇਂਜ ਕਰ ਲਣਗੇ ਫਿਰ ਕੀ ਹੋ ਜਾਂਦਾ ਫਿਰ ਕਿਹੜੇ ਲੈ ਕੇ ਆਉਣੇ ਸੀ ਜਿਨ੍ਹਾਂ ਦਾ ਦਾਰ ਨਹੀਂ ਲੱਗਿਆ ਸੀਗਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੱਡੀ ਭੁੱਖ ਪਈ ਹੋਣੀ ਸੀ ਹੁਣ ਤਾਂ ਜਿਹੜੇ ਤਕਰੀਬਨ ਜਿਹੜੇ 70% ਤਾਂ ਉਹ ਜਿਨ੍ਹਾਂ ਨੇ ਰੱਜ ਕੇ ਲੁੱਟ ਕੇ ਲਗੇ ਠੱਗ ਕੇ ਜੋ ਕਸਰ ਨਹੀਂ ਛੱਡੀ ਹੋਈ ਤਾਂ ਮਾੜਾ ਮੋਟਾ ਸ਼ਰਮ ਕਰਨਗੇ ਜੇ ਹੁਣ ਆਪਾਂ ਨਵੇਂ ਸਾਰੇ ਲੈ ਆਉਂਦੇ ਤੇ ਉਹ ਕੋਈ ਰਾਜੇ ਹਰੀਚੰਦਰ ਨਹੀਂ ਜਿਨ੍ਹਾਂ ਦਾ ਦਾਰ ਨਹੀਂ ਲੱਗਿਆ ਉਹ ਚੰਗਾ ਜਿਹਨੂੰ ਦਾਰ ਲੱਗਿਆ ਉਹਨੇ ਲੁੱਟ ਕੇ ਵਿਖਾ ਦਿੱਤਾ ਤਾਂ ਉਸ ਕਰਕੇ ਇਹ ਤਾਂ ਤੁਸੀਂ ਭੋਲੀ ਜਾਓ ਕਿ ਮਤਲਬ ਤੇਰੇ ਚੰਗੇ ਕੇਜਰੀਵਾਲ ਸਾਹਿਬ ਨੂੰ ਆਪ ਦਾ ਕਹਿਣਾ ਸੌਖਾ ਲੱਗਦਾ ਉਹਨਾਂ ਨੇ ਕਿੰਨੇ ਇੱਕ ਜਿ ਆਪਾਂ ਉਵੇਂ ਕਹੀਏ ਪੰਜਾਬ ਦੇ ਵਿੱਚ ਆਪਣਾ ਬਣਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਕਿੰਨੇ ਸਿੱਖ ਜਿਹੜੇ ਚਿਹਰੇ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਕਿ 49 ਦਿਨ ਉਹਨਾਂ ਨੂੰ ਮਿਲੇ ਸੀ ਜਦੋਂ ਪਹਿਲੀ ਵਾਰੀ ਕੇਜਰੀਵਾਲ ਸਰਕਾਰ ਬਣੀ ਸੀ ਤਾਂ 49 ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਚੰਨੀ ਸਾਹਿਬ ਕੋਲ ਤਾਂ 4 ਮਹੀਨੇ ਨੇ ਇਹ ਤਾਂ ਬਹੁਤ ਕੁਝ ਕਰ ਸਕਦੇ ਨੇ ਪੰਜਾਬ ਦਾ ਪਰ ਇਹ ਕਰ ਨਹੀਂ ਗਏ ਕਿਉਂਕਿ ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਪੰਜਾਬੀਆਂ ਦੇ ਨਾਲ ਉਹ ਵਾਅਦੇ ਵੀ ਇਹਨਾਂ ਨੂੰ ਪੂਰੇ ਕਰਨੇ ਚਾਹੀਦੇ ਨੇ ਪਰ ਉਹ ਕਹਿੰਦੇ ਕੁਝ ਦਿਖਾਈ ਨਹੀਂ ਦੇ ਰਿ ਸਟੇਬਲ ਹੋਣਗੇ ਤਾਂ ਕੁਝ ਕਰਨਗੇ ਕੀ ਕਰਕੇ ਵਿਖਾ ਸਕਦੇ ਜਦੋਂ ਕੋਈ ਤੁਸੀਂ ਆ ਦੇਖ ਹੀ ਲਓ ਜਿਹੜਾ ਹੁਣ ਜਿਹੜਾ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ ਮੈਂ ਕਿਤੇ ਪਿੱਛੇ ਕਿਹਾ ਸੀ ਵੀ ਇਹ ਤਾਂ ਬਹੁਤ ਜਲਦੀ ਇਹਨਾਂ ਦੀ ਆਪਸ ਵਿੱਚ ਹਲਮਣ ਹੋ ਜਾਊਗੀ ਉਹ ਉਦੋਂ ਤਾਂ ਗੱਲ ਕਿਦੇ ਉੱਪਰ ਟੱਪ ਗਈ ਸੀ ਸਿੱਧੇ ਅਸਤੀਫੇ ਤੋਂ ਸ਼ੁਰੂ ਹੀ ਹੋਏ ਆ ਤੁਹਾਡੀ ਭੁਵਿੱਖਬਣੀ ਸੱਚ ਸਾਬਤ ਹੋਈ ਚਲੋ ਭੁਵਿੱਖਬਣੀ ਤਾਂ ਕੀ ਹੁੰਦੀ ਹੈ ਜਿਹੜੀ ਗੱਲ ਦਿਖਾਈ ਦਿੰਦੀ ਹੁੰਦੀ ਹੈ ਕਈ ਵਾਰ ਕਿਐਸਰਾ ਜਿਹੜੀਆਂ ਆਪਾਂ ਲਾਉਣੇ ਦਿਖਾਈ ਇਹਨਾਂ ਦਾ ਕੈਰੇਕਟਰ ਜਿਹੜਾ ਹੈਗਾ ਉਹ ਦਿਖਾਈ ਦਿੰਦਾ ਉਹਦੇ ਮੁਤਾਬਕ ਵਿਚਰਦੇ ਆ ਹੁਣ ਵੀ ਤਾਂ ਦਿਖਾਈ ਦੇ ਰਿਹਾ ਵੀ ਕੀ ਅੱਜ ਹੁਣ ਆਪਾਂ ਗੱਲ ਕਰ ਰਹੇ ਆ ਇਸ ਤਰ੍ਹਾਂ ਦਾ ਹਾਈ ਕਮਾਂਡ ਵੱਲੋਂ ਇਹ ਦਿਖਾਇਆ ਜਾ ਰਿਹਾ ਹੈ ਹੋ ਜਾਦਾ ਉਹ ਜਰਾ ਮੂੰਹ ਨਾ ਲਾਉਣੇ ਨੂੰ ਕਿਉਂਕਿ ਹੁਣ ਤੱਕ ਬਹੁਤ ਵੱਡਾ ਨੁਕਸਾਨ ਕਾਂਗਰਸ ਪਾਰਟੀ ਦਾ ਪਿਛਲੇ 2-3 ਮਹੀਨਿਆਂ ਦੇ ਵਿੱਚ ਹੋਇਆ ਬਹੁਤ ਜ਼ਬਰਦਸਤ ਨੁਕਸਾਨ ਤਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਈ ਕਸਰ ਨਹੀਂ ਛੱਡੀ ਜੋ ਉਹਨੇ ਪ੍ਰਸ਼ਾਸਨ ਦਿੱਤਾ ਜੋ ਉਹਨੇ ਆਪਣਾ ਕੈਰੈਕਟਰ ਵਿਖਾਇਆ ਜੋ ਠੱਗੀ ਤੇ ਲੁੱਟਖੋ ਜਿਹੜੀ ਹੋਈ ਹੈ ਪਿਛਲੇ 3.5 ਸਾਲਾਂ 'ਚ ਉਹ ਹੁਣ ਤੱਕ ਦੀ ਸਭ ਤੋਂ ਵੱਡੀ ਮਤਲਬ ਇਹ ਲੁੱਟਖੋ ਸੀਗੀ ਹੋਈਆਂ ਤਾਂ ਪਹਿਲਾਂ ਵੀ ਹੈਗੀਆਂ ਪਹਿਲਾਂ ਵੀ ਕਿਸੇ ਘਟ ਨਹੀਂ ਕੀਤਾ ਪਰ ਇਹ ਸਭ ਤੋਂ ਵੱਡਾ ਡਾਕੇ ਸੀੜੇ ਪਏ ਹੈ ਤੇ ਉਸ ਕਰਕੇ ਚਿਹਰਾ ਤਾਂ ਉਧਰ ਵੀ ਠੀਕ ਨਹੀਂ ਸੀਗਾ ਹੁਣ ਜਿਹੜੇ ਹੈਗੇ ਆ ਅੱਗੇ ਆਉਣਾ ਉਹਦੀ ਬਹੁਤ ਵੱਡੀ ਲਾਲਸਾ ਕਿ ਸੀਐਮ ਤੋਂ ਘਟੋ ਦਾ ਗੁਜ਼ਾਰਾ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਹੁਣ ਨਵਜੋਤ ਸਿੰਘ ਸਿੱਧੂ ਅਸਤੀਫੇ ਤੋਂ ਬਾਅਦ ਕਿੱਧਰ ਨੂੰ ਜਾ ਰਹੇ ਨੇ ਕਿਹੜੇ ਪਾਸੇ ਨੂੰ ਜਾਣਗੇ ਬੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕੋਈ ਕਹਿੰਦਾ ਜੀ ਸ਼ਾਇਦ ਹੁਣ ਉਹ ਦੂਜੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੰਘ ਸਿੱਧੂ ਦੇ ਉੱਪਰ ਲਗਾਤਾਰ ਨਿਸ਼ਾਨੇ ਸਾਧ ਨਹੀਂ ਸਾਧ ਰਹੇ ਨੇ ਉਹ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਟਿਕਣ ਵਾਲਾ ਨਹੀਂ ਹੈ ਦੋ ਪਾਰਟੀਆਂ ਮੇਨ ਤਾਂ ਜਿਹੜੀਆਂ ਹੋ ਗਈਆਂ ਜਿਹ ਪਹਿਲਾਂ ਉਹਨਾਂ ਨੇ ਵੇਖ ਲਈਆਂ ਠੀਕ ਹੈ ਪਹਿਲਾਂ ਭਾਜਪਾ ਨੂੰ ਛੱਡ ਕੇ ਆਏ ਠੀਕ ਹੈ ਉੱਥੇ ਵੱਲੋਂ ਜਾਗਾ ਸਾਰਾ ਸਾਲ ਦੀ ਰਾਜਨੀਤੀ ਦੀ ਕੋਈ ਪ੍ਰਾਪਤੀ ਵੀ ਦੱਸ ਦਿਓ ਆਪਾਂ ਖਟਿਆ ਕੀ ਹੈ ਜਾਂ ਆਪਾਂ ਲੋਕਾਂ ਵਾਸਤੇ ਕੀਤਾ ਕੀ ਹੈਗਾ ਗੱਲਾਂ ਹੀ ਕੀਤੀਆਂ ਨਾ ਤੇ ਗੱਲਾਂ ਤਾਂ ਫਿਰ ਆਪਾਂ ਉੱਥੇ ਜਿਹੜਾ ਕਪਿਲ ਸ਼ੋਸ਼ੀ ਜਿਆਦਾ ਬੈਟਰ ਕਰ ਰਿਹਾ ਸੀ ਉੱਥੇ ਇੱਥੇ ਤੁਸੀਂ 17 ਸਾਲ ਤੱਕ ਕਹਿ ਦਿੰਦੇ ਹੋ ਤੂੰ 17 ਦੇ ਨਹੀਂ ਕਿਸੇ ਨੂੰ ਮਿਲ ਜਾਣਾ ਜੇ ਜੀ ਵਾਲਾ ਕਹਿੰਦਾ ਨਾ ਜਿਆ ਦੇਣਾ ਚਲੋ ਉਹਨੇ ਕੁਝ ਕਰਕੇ ਵਿਖਾਏ ਹੋਊਗਾ ਤੇ ਮਤਲਬ ਇਹ ਨਹੀਂ ਤਾਂ ਬਹੁਤ ਵਾਰੀ ਐਮਪੀ ਰਹਿ ਲਿਆ ਕੀ ਕੁਝ ਕਰ ਲਿਆ ਠੀਕ ਹੈ ਮਿਨਿਸਟਰੀ ਦੇ ਸੀ 2.5 ਸਾਲ ਉਸ ਮਿਨਿਸਟਰੀ ਦਾ ਮੈਂ 파ੜ ਰਿਹਾ ਮੈਂ ਉਹ ਦਫਤਰ ਜਿਹੜਾ ਹੈਗਾ 2 ਸਾਲ ਨਾਲ ਅਟੈਂਡ ਕੀਤਾ ਮੈਨੂੰ ਪਤਾ ਉੱਥੇ ਕਿੰਨੀ ਕਰਾਪਸ਼ਨ ਸੀ ਕਿੰਨਾ ਉੱਥੇ ਜਿਹੜਾ ਹਰ ਚੀਜ਼ ਬੇਤਰਤੀਬੀ ਸੀ ਕਿੱਥੇ ਕਿੰਨਾ ਅੰਡਿਸਿਪਲਨ ਸੀ ਕੋਈ ਚੀਜ਼ ਵੀ ਜਿਹੜੀ ਸੀ ਜਿਹੜੇ ਹੱਕ ਨੇ ਉਹਨਾਂ ਵਾਸਤੇ ਮੈਂ ਜੀ ਸਕਦਾ ਪੰਜਾਬ ਦੇ ਹੱਕ ਜਦੋਂ ਮਾਰੇ ਜਾਂਦੇ ਨੇ ਤਾਂ ਮੇਰੀ ਰੂਹ ਕੰਬ ਉੱਠਦੀ ਹੈ ਇਸ ਕਰਕੇ ਉਹ ਕਹਿੰਦੇ ਨੇ ਮੈਂ ਅਸਤੀਫਾ ਦਿੱਤਾ ਕਿਉਂਕਿ ਵੱਡੇ 2-3 ਮਸਲੇ ਨੇ ਜਿਹੜੇ ਹੁਣ ਪੰਜਾਬ ਦੇ ਸਭ ਤੋਂ ਵੱਡੇ ਮੁੱਦਿਆਂ ਦੇ ਵਿੱਚ ਆਉਂਦੇ ਨੇ ਇੱਕ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਐਡਵੋਕੇਟ ਜਨਰਲ ਲਗਾਇਆ ਗਿਆ ਉਸ ਤੇ ਸਖਤੀ ਤਰਾਜ ਹੈ ਨਾਲ ਨਾਲ ਡੀਜੀਪੀ ਲਗਾਇਆ ਗਿਆ ਉਸ ਤੇ ਸਖਤੀ ਤਰਾਜ ਹੈ ਕਿਉਂਕਿ ਜਿਹੜਾ ਬਦਬੀ ਦਾ ਮਾਮਲਾ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਭੱਕਿਆ ਹੋਇਆ ਹੈ ਇਹ ਇਹਨਾਂ ਨੂੰ ਮੁੱਦੇ ਜਿਹੜੇ ਹੈਗੇ ਜੀ ਹੁਣ ਇਲੈਕਸ਼ਨ ਆਇਆ ਖੜਾ ਤਿੰਨ ਚਾਰ ਮਹੀਨਿਆਂ ਨੂੰ ਤਾਂ ਤਕਲੀਫ ਹੋਈ ਵੀ ਆ ਹੋਰ ਇਹਨਾਂ ਨੂੰ ਕੋਈ ਕਿਸੇ ਦਾ ਪੰਜਾਬ ਨਾਲ ਇਹਦਾ ਕੋਈ ਲੈ ਗਦੇਗਾ ਨਹੀਂ ਸੈਲਫ ਸੈਂਟਰਡ ਆਦਮੀ ਹੈ ਇਹਨੂੰ ਆਪਣੇ ਤੋਂ ਇਲਾਵਾ ਦੂਜਾ ਦੇਖਦਾ ਨਹੀਂ ਕਿਸੇ ਨੂੰ ਪਾਰਟੀ ਨਾਲ ਲੈ ਕੇ ਨਹੀਂ ਚੱਲਦਾ ਦੱਸੋ ਮੇਰੇ ਨਾਲ ਗਰੁੱਪ ਗਰੁੱਪ ਦੱਸੋ ਇਹਨਾਂ ਦੇ ਕਿਹੜਾ ਜਿਹੜੇ ਬੰਦੇ ਕੱਲ ਕੋਈ ਚਾਰ ਮਜਬੂਰੀ ਚ ਗਏ ਵੀ ਸੀਗੇ ਅੱਜ ਫੇਰ ਆਵਰੇ ਸੌਤਵਰ ਪ੍ਰਗਟ ਸਿੰਘ ਨੂੰ ਕਹਿ ਦਿੰਦੇ ਨਾਲ ਇਹਦੇ ਅਗਲੇ ਨੇ ਅਟੈਂਡ ਕੀਤੀ ਆ ਕੇ ਉਹ ਦਿਮਾਗ ਰੱਖਦੇ ਨੇ ਉਹ ਇਹਦੀ ਵਾਰ ਕਿ ਥੋੜਾ ਹੈਗੇ ਤੋ ਇਸ ਕਰਕੇ ਇਹਦਾ ਕੋਈ ਉਹ ਨਹੀਂ ਹੈਗਾ ਇਹ ਪੰਜਾਬ ਦਾ ਇਹਨਾਂ ਕੰਸਰਨ ਕੋਈ ਬਿਲਕ ਸ ਤੋਂ ਇਲਾਵਾ ਜਿਹੜੀਆਂ ਗੱਲਾਂ ਇਹ ਕਰਦਾ ਉਹ ਬਿਲਕੁਲ ਜਿਹੜੀਆਂ ਹੈਗੀਆਂ ਲੋਕਾਂ ਨੂੰ ਪੰਬਲ ਪੂਸੇ ਪਾਉਣ ਵਾਲੀਆਂ ਵਰਗ ਲਾਉਣ ਵਾਲੀਆਂ ਠੱਗੀ ਚ ਲਿਆਉਣ ਵਾਲੀਆਂ ਅਦਰਵਾਈਜ਼ ਬਹੁਤ ਨੇੜੇ ਤੋਂ ਮੈਂ ਉਹ ਦੇਖਿਆ ਇਹਦੇ ਵਿੱਚ ਕਿਸੇ ਇਸ ਬੰਦੇ ਵਿੱਚ ਜਿੰਨਾ ਵੀ ਇਹਦੇ ਬਾਰੇ ਨੈਗੇਟਿਵ ਕਹਿ ਲਿਆ ਜਾਵੇ ਥੋੜਾ ਇਸ ਕਰਕੇ ਕੋਈ ਹੋਰ ਅਪਰ ਟੌਪਿਕ ਲੈ ਲੈਣੇ ਤੁਸੀਂ ਆਪ ਪੁਲਿਸ ਅਫਸਰ ਰਹੇ ਹੋ ਜੇਕਰ ਆਪਾਂ ਬਦਵੀ ਮਾਮਲੇ ਦੀ ਗੱਲ ਕਰੀਏ ਜੇਕਰ ਸਹੋਤਾ ਸਾਹਿਬ ਨੂੰ ਡੀਜੀਪੀ ਲਗਾਇਆ ਜਾ ਰਿਹਾ ਤਾਂ ਉਹਨਾਂ ਤੇ ਵੀ ਸਵਾਲ ਉੱਠ ਰਹੇ ਨੇ ਲਗਾਤਾਰ ਕੇਵਲ ਸਿੱਦੂ ਹੀ ਨਹੀਂ ਉਠਾ ਰਹੇ ਹੋਰ ਲੋਕ ਵੀ ਉਠਾ ਰਹੇ ਨੇ ਕਿ ਸੋਤਾ ਸਾਹਿਬ ਉਹੀ ਸੋਤਾ ਸਾਹਿਬ ਨੇ ਜਿਨ੍ਹਾਂ ਦੀ ਸਭ ਤੋਂ ਪਹਿਲਾਂ ਡਿਊਟੀ ਲਗਾਈ ਗਈ ਸੀ ਕਿ ਪੁੰਨ ਛਾਨ ਕੀਤੀ ਜਾਏ ਸੱਚ ਨੂੰ ਸਾਹਮਣੇ ਲਿਆਂਦਾ ਜਾਏ ਪਰ ਉਸ ਸਮੇਂ ਜਿਹੜੇ ਨਜਾਇਜ਼ ਮੁੰਡੇ ਜਿਹੜੇ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਦੇ ਸੱਟਾਂ ਲਗਾਈਆਂ ਗਿਆ ਉਹਨਾਂ ਨੂੰ ਅੰਦਰ ਧੱਕ ਦਿੱਤਾ ਗਿਆ ਇਸ ਵਿਸ਼ੇ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਵੀ ਇੱਥੇ ਇੱਕ ਸਿੱਧੂ ਦੀ ਜਿਹੜੀ ਮੰਗ ਹੈ ਉਹ ਠੀਕ ਹੈ ਇੱਥੇ ਜ਼ਦਾਰ ਚਟੋਪਾਦਿਆਂ ਨੂੰ ਹੀ ਲਾਇਆ ਜਾਣਾ ਚਾਹੀਦਾ ਸੀ ਕਿਉਂਕਿ ਇੱਕ ਤਾਂ ਉਹਨੂੰ ਉਹ ਇਗਨੋਰ ਕੀਤਾ ਗਿਆ ਸੀ ਪਿਛਲੇ ਡੀਜੀਪੀ ਵੱਲੋਂ ਤੇ ਉਹਨੂੰ ਸਾਈਡ ਕਰਕੇ ਰੱਖਿਆ ਸੀ ਉਹਨੂੰ ਮਨ 'ਚ ਗੁੱਸਾ ਵੀ ਹੈਗਾ ਸੀਗਾ ਉਹਨੇ ਰਿਪੋਰਟ ਵੀ ਦਿੱਤੀ ਹੋਈ ਹੈ ਉਹਦੀ ਜਾਣਕਾਰੀ 'ਚ ਸਾਰਾ ਕੁਝ ਹੈਗਾ ਤੇ ਨਾਲ ਹਰਪੀਤ ਸਿੰਘ ਸਿੱਧੂ ਸ ਇੱਕ ਚੰਗਾ ਅਫਸਰ ਵੱਜਦਾ ਇੱਥੇ ਹੈਗਾ ਉਹ ਜਿਹੜਾ ਦੋ ਬੰਦਿਆਂ ਦੀ ਜੇ ਜੇ ਬਣ ਜਾਂਦੀ ਐ ਐਸੋਸੀਏਸ਼ਨ ਫਿਰ ਇਹ ਜਿਹੜੇ ਹੈਗੇ ਆ ਬੀਆਰ ਇਹ ਜਿਹੜੇ ਹਾਈ ਕੋਰਟ ਦੇ ਲਫਾਫੇ ਪਏ ਆ ਉਹ ਖੁੱਲਣ ਦੇ ਵਿਚਾਰ ਸੀਗੇ ਹੁਣ ਇਹਨਾਂ ਚੀਜ਼ਾਂ ਚ ਕੋਈ ਘਟਨਾ ਨਹੀਂ ਵਾਪਰ ਰਹੀ ਇਹਦੇ ਚ ਸੋਤਾ ਸਾਹਿਬ ਨੂੰ ਲਾ ਲੈਣ ਕਿਸੇ ਹੋਰ ਨੂੰ ਲਾ ਲੈਣ ਕਿਸੇ ਕੋਲੇ ਨਾ ਹਈ ਹੋਈ ਨਹੀਂ ਕਿ ਮਤਲਬ ਕੋਈ ਹਿੰਮਤ ਕਰਕੇ ਐਡੀ ਵੱਡੀ ਕੋਈ ਵੇਗਾ ਸਟੈਪ ਲੈ ਸਕਦਾ ਇਹ ਉਹਨਾਂ ਤੋਂ ਵੀ ਬਾਈ ਡਿਫਾਲਟ ਸੀਗਾ ਕਿਉਂਕਿ ਉਹ ਅਫੈਕਟਡ ਸੀਗੇ ਉਹਨਾਂ ਨੇ ਕਰ ਲੈਣਾ ਸੀ ਨਹੀਂ ਤਾਂ ਹੁਣ ਉਹਨਾਂ ਤੋਂ ਵੀ ਕੁਝ ਨਹੀਂ ਸੀਗਾ ਕਿਉਂਕਿ ਉਹਨਾਂ ਦੇ ਹੱਥੀਂ ਕੀਤਾ ਹੋਇਆ ਸਭ ਕੁਝ ਹੈ ਮੈਂ ਤਾਂ ਉਹ ਗੱਲ ਕਰਦਾ ਉਹਨਾਂ ਨੇ ਸਰਾਂਦਰਨ ਸਿੰਘ ਹੈ ਐਡੀ ਚ ਰਿਟਾਇਰ ਹੋਏ ਹੈ ਜੇ ਕਿਤੇ ਉਹ ਬੰਦਾ ਉੱਠ ਖੜਿਆ ਨਾ ਫਿਰ ਇਹਨੂੰ پتہ ਲੱਗੂਆ ਕਿ ਕੀ ਹੈ ਉਹਦੇ ਕੋਲ ਸਭ ਕੁਝ ਹੈਗਾ ਉਹਨੂੰ ਉਹਦੇ ਫਿਰ ਲਫਾਫਿਆਂ ਦੀ ਲੋੜ ਨਹੀਂ ਹੈਗੀ ਜਿਹੜੇ ਵੀ ਅਸੀਂ ਅਫਸਰਾਂ ਕੰਮ ਕਰਦੇ ਹੁੰਦੇ ਆ ਤਾਂ ਸਾਡੇ ਕੋਲ ਸਾਰੇ ਰਿਕਾਰਡ ਨਾਲ ਰੱਖੇ ਹੋਏ ਹੁੰਦੇ ਉਹਨਾਂ ਕੋਲੇ ਸਾਰੇ ਰਿਕਾਰਡ ਉਹਨਾਂ ਦੇ ਆਪਣੇ ਕੋਲੇ ਹੈਗੇ ਆ ਜਿਸ ਦਿਨ ਕਿਤੇ ਓਟ ਗਏ ਤਾਂ ਫਿਰ ਹਾਈ ਕੋਰਟ ਦੇ ਹਾਈ ਕੋਰਟਾਂ ਦਾ ਵੀ ਥਾਲ ਹੋਈ ਹੈ ਨਾ ਹਾਈ ਕੋਰਟਾਂ ਵੀ ਤਾਂ ਨਾਲ ਰਲੀਆਂ ਹੋਈਆਂ ਇਹਨਾਂ ਦੀ ਗੁਲਾਮੀ ਕਰਦੀਆਂ ਜਿਵੇਂ ਇਹ ਕਹਿੰਦੇ ਆ ਉਹੋ ਹੀ ਹੁਕਮ ਕਰਦੀਆਂ ਤਾਂ ਹਾਈ ਕੋਰਟ ਵੀ ਜਿਹੜੀ ਹੈਗੀ ਆ ਉੱਥੇ ਵੀ ਬਹੁਤ ਜ਼ਿਆਦਾ ਸਾਫ ਸਪਾਈਆਂ ਦੀ ਲੋੜ ਆ ਉੱਥੇ ਵੀ ਮੈਂ ਕਹਿੰਦਾ ਉਹਨਾਂ ਬੜੇ ਥੱਲੇ ਦੇ ਕਰਦਾਰ ਦੇ ਲੋਕ ਭਰ ਗਏ ਤੇ ਉਥੋਂ ਨੇ ਪੱਤਰ ਦੇ ਹੋ ਗਏ ਤਾਂ ਇਸ ਕਰਕੇ ਜਿਹੜਾ ਹੈ ਉਸ ਪਾਸੇ ਵੀ ਇਨਸਾਫ ਦੀ ਕੋਈ ਉਮੀਦ ਦਿਖਾਈ ਨਹੀਂ ਦਿੰਦੀ। ਬੇਅਦਬੀ ਮਾਮਲੇ ਦੇ ਵਿੱਚ ਵੀ ਲਗਾਤਾਰ ਸੱਟ ਤੇ ਸੱਟ ਬਣਦੀ ਰਹੀ। ਕਦੇ ਜੋਰਾ ਸਿੰਘ ਕਮਿਸ਼ਨ ਬਣਿਆ, ਕਦੇ ਰਣਜੀਤ ਸਿੰਘ ਕਮਿਸ਼ਨ ਬਣਿਆ। ਲਗਾਤਾਰ ਇਸ ਤਰ੍ਹਾਂ ਚੱਲਦਾ ਰਿਹਾ। ਲੋਕਾਂ ਨੂੰ ਉਲਝਾਈ ਰੱਖਿਆ। ਇਨਸਾਫ ਦੀ ਆਸ ਹੀ ਲੋਕਾਂ ਨੂੰ ਸ਼ਾਇਦ ਮਿਲ ਜਾਏਗਾ ਪਰ ਮਿਲਿਆ ਨਹੀਂ। ਕੈਪਟਨ ਸਾਹਿਬ ਵੀ ਕਹਿੰਦੇ ਸੀ ਕਿ ਇਨਸਾਫ ਦਿਵਾਵਾਂਗਾ ਪਰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਤੁਸੀਂ ਅਫਸਰ ਰਹੇ ਹੋ। ਤੁਹਾਨੂੰ ਕੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਮੀਦ ਹੈ, ਕੋਈ ਕਿਰਨ ਹੈ ਲੋਕਾਂ ਨੂੰ ਦਿਖਾਈ ਦਿੰਦੀ ਹੋਵੇ ਕਿ ਇਨਸਾਫ ਮਿਲ ਜਾਏ ਤੁਸੀਂ ਕੱਲ੍ਹ ਦੀ ਗੱਲਾਂ ਕਰਦੇ ਹੋ ਠੀਕ ਹੈ ਇਹ ਇਸੇ ਗੇਮ ਦੇ ਵਿੱਚ ਤਾਂ ਤੁਹਾਨੂੰ ਖੇਡ ਰਹੇ ਆ ਇਹ ਜਿੰਨਾ ਚਿਰ ਪ੍ਰੈਕਟੀਕਲ ਸੈਟਅਪ ਨਹੀਂ ਟੁੱਟਦਾ ਜਿੰਨਾ ਚਿਰ ਲੋਕ ਨਹੀਂ ਜਾਗਦੇ ਜਿੰਨਾ ਚਿਰ ਸਾਡਾ ਯੂਥ ਨਹੀਂ ਜਾਗਦਾ ਜਵਾਨ ਜਵਾਨੀ ਨਹੀਂ ਜਾਗਦੀ ਜਿਹਦਾ ਨੁਕਸਾਨ ਹੋ ਗਿਆ ਸਾਡੇ ਵਰਗੇ ਲੋਕਾਂ ਨੇ ਕੀਤਾ ਮੈਂ ਕਹਿੰਦਾ ਹ ਹਰ ਇੰਟਰਵਿਊ ਦੇ ਵਿੱਚ ਵੀ ਜਿਹੜਾ ਬੰਦਾ ਵੀ 50 55 ਸਾਲ ਦੀ ਉਮਰ ਦੇ ਉਹ ਅੱਜ ਹੈਗਾ ਉਹ ਪੰਜਾਬ ਦੀ ਬਰਬਾਦੀ ਦਾ ਜ਼ਿੰਮੇਵਾਰ ਹੈ ਇਹਨਾਂ ਦੇ ਵਿੱਚ ਅਸੀਂ ਖੁਦ ਸ਼ਾਮਲ ਹੈਗੇ ਆ ਅਸੀਂ ਜਾਗੀਏ ਅਸੀਂ ਵੇਖੀਏ ਅਸੀਂ ਪੰਜਾਬ ਦਾ ਕੀ ਬਣਾ ਦਿੱਤਾ ਪੰਜਾਬ ਸਾਡੇ ਸਾਹਮਣੇ ਬਰਬਾਦ ਹੋਇਆ ਇਹ ਜਿਹੜੇ ਲੀਡਰ ਹੈ ਅਸੀਂ ਚੁਣੇ ਹੋਏ ਆ ਇਹ ਸਾਡੇ ਬ ਤੋ ਅਸੀਂ ਇਹਨਾਂ ਨੂੰ ਲੱਭ ਕੇ ਲਿਆਂਦਾ ਹੈ ਅਸੀਂ ਇਹ ਜਿਹੜਾ ਗੰਦਾ ਇਹਨਾਂ ਦੇ ਸਿਰ ਤੇ ਬਿਠਾ ਕੇ ਆਪਣੇ ਪੰਜਾਬ ਦੀ ਜਿਹੜੀ ਹੈਗੀ ਹੈ ਬੇੜਾਗਰ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਤੇ ਅਸੀਂ ਹੁਣ ਜਾ ਗੀਏ ਅਸੀਂ ਘਟੋ ਘਾਟਾ ਦੇਖ ਲਈਏ ਕਿ ਜੋ ਬਚਦਾ ਪੰਜਾਬ ਹੈਗਾ ਉਹ ਆਪਣੇ ਆਉਣ ਵਾਲਾ ਜਿਹੜਾ ਯੂਥ ਹੈਗਾ ਉਹਦੇ ਵਾਸਤੇ ਬਚਾ ਲਈਏ ਕਿ ਉਹਨਾਂ ਦੇ ਘਰਾਂ 'ਚ ਜਿਹੜੇ ਬੱਚੇ ਪੈਦਾ ਹੋਣਗੇ ਉਹ ਕੀ ਕਰਨਗੇ ਸਾਡਾ ਤਾਂ ਫਰਟਾਈਲ ਸਿਸਟਮ ਹੀ ਖਤਮ ਕਰਤਾ ਤੁਸੀਂ ਸੁਣਿਆ ਸੀ ਕਦੇ ਪੰਜਾਬ ਦੇ ਵਿੱਚ ਵੀ ਕਦੇ ਉਹ ਸੈਂਟਰ ਖੋਲਣਗੇ ਜਿੱਥੇ ਬੱਚੇ ਪੈਦਾ ਹੋਇਆ ਕਰਨਗੇ ਜਿਹੜੇ ਨਕਲੀ ਤਰੀਕੇ ਦੇ ਨਾਲ ਇਹ ਪੰਜਾਬ ਦੀ ਹਾਲਤ ਹੈ ਮਨ ਲਈ ਗੱਲ ਕਹਿਣ ਲੱਗਾਂ ਸ਼ਰਮ ਆਉਂਦੀ ਹੈ ਤੇ ਇਹ ਸਾਰਾ ਕੁ ਨੀ ਖਤਮ ਕੀਤੀ ਗਈ ਹੈ ਇੱਥੇ ਸਾਰੀ ਸੜੇ ਮਤਲਬ ਡੀਐਨਏ ਥੋੜਾ ਬਰਬਾਦ ਕਰਨ ਦੇ ਉੱਤੇ ਲੱਗੇ ਹੋਏ ਹੈ ਔਰ ਇਹਦੇ ਪਿੱਛੇ ਬੜੀਆਂ ਡੂੰਗੀਆਂ ਤੇ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਕਿ ਮਤਲਬ ਆਉਣ ਵਾਲੇ ਸਭ ਲੰਬੇ ਸਮੇਂ ਤੋਂ ਲੋਕਾਂ ਨੂੰ ਪਤਾ ਲੱਗਣੀ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਵੱਡੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਇਹਨਾਂ ਦੇ ਚੱਕਰ ਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਬੇਦਬੀ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ ਜਦੋਂ ਬੇਦਬੀ ਹੋਈ ਸੀ ਉਸ ਸਮੇਂ ਕੋਟਕਪੂਰਾ ਦੇ ਵਿੱਚ ਗੋਲੀ ਚੱਲੀ ਬੇਬਲ ਕਲਾਂ ਦੇ ਵਿੱਚ ਜਿਹੜੇ ਸੀ ਸਿੰਘ ਸ਼ਹੀਦ ਹੋਏ ਤੇ ਡੀਜੀਪੀ ਸੁਮੇਤ ਸੈਣੀ ਸਨ ਤਾਂ ਸੁਮੇਤ ਸੈਣੀ ਦੇ ਜਿਹੜੇ ਵ ਐਡਵੋਕੇਟ ਜਨਰਲ ਲਗਾਇਆ ਗਿਆ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਐਡਵੋਕੇਟ ਜਨਰਲ ਲਗਾਉਣਾ ਹੁਣ ਜਾਇਜ਼ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਹੀ ਡੀਜੀਪੀ ਸੁਮੇਤ ਸੈਣੀ ਦੀ ਜਿਹੜੀ ਹੈ ਉਹ ਜਮਾਨਤ ਕਰਵਾਈ ਹੈ ਤੇ ਲੋਕਾਂ ਨੂੰ ਬੜਾ ਸਖਤੀ ਇਤਰਾਜ਼ ਸੀ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਸਖਤੀ ਇਤਰਾਜ਼ ਹੈ ਤੁਸੀਂ ਕੀ ਸੋਚਦੇ ਹੋ ਮੈਂ ਕਿ ਹੋਰ ਲਾ ਲੈਣਗੇ ਕਿਸ ਨੂੰ ਫਿਰ ਕੀ ਹੋਣਾ ਇਹ ਤਾਂ ਠੀਕ ਹੈ ਗੱਲ ਜਾਇਜ਼ ਹੈ ਇਹ ਵੀ ਗੱਲ ਮੈਂ ਕਹਿੰਦਾ ਜਾਇਜ਼ ਹੈ ਠੀਕ ਹੈ ਇਹਦੇ ਕੋਲ ਉਮੀਦ ਨਹੀਂ ਆਪਾਂ ਕਰ ਸਕਦੇ ਪਰ ਹੋਰ ਲਾ ਲੈਣਗੇ ਉਹ ਤੂੰ ਕੀ ਹੋ ਜਾਊਗਾ ਗਲਤ ਹੈ ਇਹ ਏਜੀ ਨਾ ਖੜਾ ਕੁਝ ਕਰਨਾ ਹੈ ਇਹ ਤਾਂ ਪ੍ਰੇਟਿਕ ਵੈਲ ਵੈਲ ਹੋਣੀ ਚਾਹੀਦੀ ਹੈ ਜਦੋਂ ਹਮਾਰਾ ਗ੍ਰਹਿਭ ਭਾ ਕੇ ਬੜਿਆ ਸੁਖਜਿੰਦਰ ਸਿੰਘ ਰੰਧਾਵੇ ਨੂੰ ਮੈਂ ਤਾਂ ਚਾਹੁੰਦਾ ਸੀ ਕਿ 10 ਦਿਨ ਤਾਂ ਵੇਖ ਲੈਂਦਾ ਆਪਣੇ ਬਜ਼ੁਰਗ ਸਿੱਧੂ ਵੇਟ ਕਰ ਲੈਂਦਾ ਉਹ ਵੀ ਇੱਕ ਹੋਰਿ ਬਾਰੇ ਕਿਹਾ ਜਾਂਦਾ ਉਹ ਬੰਦਾ ਵੀ ਜਿਹੜਾ ਹੈਗਾ ਕਾਫੀ ਪੀੜ ਰੱਖਦਾ ਇਸ ਚੀਜ਼ ਦੀ ਉਹਨੂੰ ਵੇਖ ਲਈ ਆਪਾਂ ਦੱਸਣਾ ਅੱਜ ਗ੍ਰਹਿਭ ਭਾ ਅੱਜ ਤੱਕ ਨਹੀਂ ਹੋਇਆ ਕਿ ਕਿਸੇ ਗ੍ਰਹਿਮ ਆਪਣੇ ਚੀਫ ਮਿਨਿਸਟਰ ਨੇ ਗ੍ਰਹਿਭ ਭਾ ਕੇ ਜਿੰਨ ਦਿੱਤਾ ਹੋਵੇ ਪਹਿਲੀ ਵਾਰੀ ਘਟਨਾ ਘਟਈ ਹੈ ਜੇ ਆ ਗਈ ਤਾਂ ਫਿਰ ਦੱਸਣ ਵੇਖ ਲਈਏ ਜੋ ਬੰਦੇ ਕੋਲ ਪੁਲਿਸ ਆ ਗਈ ਹੈ ਤੇ ਕੀ ਦਿੱਕਤ ਹੈ ਪੁਲਿਸ ਤੋਂ ਲੰਗੇ ਠੀਕ ਕੰਮ ਕਰਾ ਲੈਣਗੇ ਤੇ ਹਰ ਚੀਜ਼ ਕਾਨੂੰਨ ਦੇ ਮੁਤਾਬਕ ਜੇ ਤੁਸੀਂ ਕਹੋਗੇ ਇੱਕਦਮ ਇਨਸਟੈਂਟ ਨਹੀਂ ਹੁੰਦੀ ਹੁੰਦੀ ਬਾਕੀ ਕੰਮ ਇਨਸਟੈਂਟ ਕਰਦੇ ਇਹ ਕਿਵੇਂ ਨਜਾਇਜ਼ ਪਰਚੇ ਦਰਜ ਕਰਾਉਂਦੇ ਕਿਵੇਂ ਰੇਪ ਦੇ ਪਰਚੇ ਜਿਹੜੇ ਦਰਜ ਹੋਏ ਆ ਸਾਡੇ ਬੈਂਸਾਂ ਦੇ ਖਿਲਾਫ ਉਹਦਾ ਰੇਤ ਕੋਈ ਅਰੈਸਟ ਨਹੀਂ ਕਰ ਰਿਆ ਹੋਰ ਕਿੰਨੇ ਧੱਕੇ ਪੰਜਾਬ ਦੇ ਵਿੱਚ ਚੱਲ ਰਹੇ ਆ ਤੇ ਕੀ ਗੱਲ ਜਿਹੜੇ ਉਹ ਪੋਲਿਟিক্যাল ਬੰਦੇ ਫਸਦੇ ਆ ਕਿ ਇਹਨਾਂ ਨਾਲ ਧੱਕਾ ਕਰਨਾ ਜਾਇਜ਼ ਹੀ ਨਹੀਂ ਹੈਗਾ ਤਾਂ ਇਸ ਕਰਕੇ ਕਾਨੂੰਨ ਤੋਂ ਉਪਰ ਉਠਣਾ ਪਊਗਾ ਕੁਝ ਬੰਦੇ ਇਹੋ ਜਿਹੇ ਆਉਣਗੇ ਮੈਂ ਕਹਿੰਦਾ ਮੈਨੂੰ ਦੋ ਦਿਨ ਵਾਸਤੇ ਦੇਣ ਚਾਰਜ ਠੀਕ ਹੈ ਸਾਰੇ ਇਹਨਾਂ ਫੜ ਕੇ ਅ ਬਦਲ ਵੀ ਸਕਦਾ ਤੇ ਇਹ ਜਿਹੇ ਬੰਦੇ ਜਿਹਨੋਂ politcal bill ਆਲੇ ਆਉਣਗੇ ਤੇ ਇੱਕ ਮਿੰਟ ਵਿੱਚ ਕਾਲਰਾਂ ਤੋਂ ਫੜ ਕੇ ਅੰਦਰ ਦੇਣ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਹੈਗੀ ਕਾਨੂੰਨ ਜਿਹੜਾ ਸਾਰਾ ਹੁੰਦਾ ਸਭ ਕੁਝ ਫਾਲੋ ਕਰ ਜਾਂਦਾ ਹੁੰਦਾ ਜੇ ਕੋਈ ਕਰਨ ਦੀ politcal bill ਹੋਵੇ ਤਾਂ ਤੁਸੀਂ ਆਪਣੇ ਬਿਆਨਾਂ ਕਰਕੇ ਬੜਾ ਚਰਚਾ ਵਿੱਚ ਰਹਿੰਦੇ ਹੋ ਤੇ ਪਹਿਲਾਂ ਵੀ ਬੜਾ ਚਰਚਾ ਵਿੱਚ ਰਹੇ ਭਾਰਤਪੂਰਨ ਆਸ਼ੂ ਦੇ ਨਾਲ ਤੁਹਾਡਾ ਇੱਕ ਮਾਮਲਾ ਜੁੜਿਆ ਸੀ ਉਹ ਕੀ ਮਾਮਲਾ ਸੀ ਤੁਹਾਨੂੰ ਵੀ ਸਰਕਾਰ ਨੇ ਬਾਅਦ ਦੇ ਵਿੱਚ ਮੁਤਲ ਕਰ ਦਿੱਤਾ ਸੀ ਬਿਆਨ ਮੇਰੇ ਨਹੀਂ ਹੈ ਜੀ ਬਿਆਨ ਤਾਂ ਮੇਰੇ ਨਾਲ ਤਾਂ ਧੱਕਾ ਹੋਇਆ ਸੀ ਮੇਰੇ ਨਾਲ ਤਾਂ ਉਹਨੇ ਮਾਰਨ ਦੀ ਧਮਕੀ ਦਿੱਤੀ ਸੀ ਮੇਰੇ ਬੈਨਾਂ ਨੂੰ ਤਾਂ ਐਵੇਂ ਲੋਕ ਲੈ ਲੈਂਦੇ ਮੈਂ ਤਾਂ ਹੁਣ ਥੋੜਾ ਨਾਲ ਗੱਲ ਕਰ ਰਿਹਾ ਕਿੰਨੇ ਕ ਬਿਆਨਾਂ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਹੈਗੀਆਂ ਜੇ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹ ਸਖਤ ਕਰੇ ਜਾਂਦੇ ਠੀਕ ਹੈ ਗਲਤ ਮੈਂ ਨਾਰਮਲ ਹੀ ਕਰ ਰਿਹਾ ਤੁਹਾਡੇ ਨਾਲ ਵੀ ਕਰ ਰਿਹਾ ਹਾਂ ਉਹ ਤੱਕਦਾ ਉਹਨੇ ਕੀਤਾ ਸੀ ਗਲਤ ਤਾਂ ਉਹਨੇ ਗਿਆ ਸੀ ਪਰਿਵਾਰ ਮਾਰਨ ਦੀ ਜਾਂ ਮਿੱਧ ਕੇ ਰੱਖਣ ਦੀ ਧਮਕੀ ਤਾਂ ਉਹਨੇ ਦਿੱਤੀ ਸੀ ਉਹਦਾ ਮਿਨਿਸਟਰ ਦੂਜੀ ਵਾਰੀ ਬਣ ਗਿਆ ਸਾਡੀ ਨੌਕਰੀ ਵੀ ਵਾਪਸ ਲੈ ਲਈ ਮੈਨੂੰ ਘਰ ਕੋਈ ਗਿਲਾ ਨਹੀਂ ਹੈਗਾ ਮੈਂ ਤਾਂ ਇਹ ਰਸਤਾ ਚੂਜ਼ ਕੀਤਾ ਹੈ ਆਪ ਆਪ ਮੈਂ ਰਸਤਾ ਚੁਣਿਆ ਮੈਂ ਤੇ ਨਿਕਲ ਸਕਦਾ ਸੀ ਮੈਂ ਪ੍ਰਮੋਸ਼ਨ ਲੈ ਸਕਦਾ ਸੀ ਮੈਂ ਹੋਰ ਸਭ ਕੁਝ ਆਪਦਾ ਵਧੀਆ ਕਰ ਸਕਦਾ ਸੀਗਾ ਪਰ ਮੈਂ ਨਹੀਂ ਚੁਣਿਆ ਉਹ ਮੇਰਾ ਆਪਣਾ ਹੈਗਾ ਕੋਈ ਇਹਨੂੰ ਸਿਆਣਪ ਕਹਵੇ ਕੋਈ ਇਹਨੂੰ ਮੂਰਖਤਾ ਕਹਵੇ ਇੱਥੇ ਤਾਂ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਮਤਲਬ ਇਹੋ ਜਿਹੇ ਵੀ ਕੋਈ ਕਮੈਂਟ ਕਰਦੇ ਆ ਵੀ ਇਹ ਵਾਵਾ ਕਰਨ ਵਾਸਤੇ ਵਾਵਾ ਕਰਨ ਵਾਸਤੇ ਕੋਈ ਆਪਦੀਆਂ ਨੌਕਰੀ ਚਲੀ ਗਈ ਹੈ ਯਾ ਮਤਲਬ ਇਥੋਂ ਤੱਕ ਵੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਬੰਦਾ ਕੋਈ 3-4 ਸਾਲ ਤੋਂ ਇੱਕ ਸਟਰਗਲ ਕਰ ਰਿਹਾ ਤੇ ਜਿਹੜੀ ਮਤਲਬ ਅੱਜ ਦੀ ਡੇਟ ਵਿੱਚ ਲੋਕਾਂ ਦੇ ਖਾਤੇ ਜਾ ਰਹੀ ਹੈ ਉਹਦਾ ਇੱਕ ਮੈਸੇਜ ਜਾ ਰਿਹਾ ਦੁਨੀਆ ਨੂੰ ਮਤਲਬ ਵੀ ਇਹ ਜਿਹੜੇ ਪੋਲੀਟਿਕਲ ਬੰਦੇ ਕਮਜ਼ੋਰ ਨੇ ਤੇ ਬੁੱਧੀヒਣ ਨੇ ਇੱਕ ਕੱਡਾ ਵੱਡਾ ਮੈਸੇਜ ਇੱਕ ਬੰਦੇ ਨੇ ਲੜਾਈ ਕਰਕੇ ਦਿੱਤਾ ਤੇ ਉਹਦੇ ਬਾਰੇ ਵੀ ਥੋੜਾ ਜਿਹਾ ਮਸਲਾ ਜ਼ਰੂਰ ਦੱਸੋ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੈ ਬਹੁਤ ਸਾਰੇ ਲੋਕ ਨਵੇਂ ਵੀ ਜੁੜਦੇ ਨੇ ਉਹਨਾਂ ਨੂੰ ਮਸਲੇ ਦਾ ਪਤਾ ਨਹੀਂ ਹੁੰਦਾ ਕੀ ਮਸਲਾ ਹੋਇਆ ਸੀ ਉਸ ਦਾ ਜਿੰਨੇ ਲੋਕਾਂ ਨੂੰ ਪਤਾ ਨਾ ਜੀ ਉਹਨੇ ਹੀ ਬਹੁਤ ਹੈ ਆਪਾਂ ਨਵੇਂ ਜੁੜ ਕੇ ਪੁਰ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਗ੍ਰਹਿ ਮੰਤਰਾਲਾ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਆਇਆ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਦਬਾਅ ਹੇਠ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਉਂਕਿ ਲਗਾਤਾਰ ਵਿਰੋਧੀ ਤਰ੍ਹਾਂ ਇਹ ਕਹਿ ਰਿਆ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਪਹਿਲਾਂ ਨਵਜੋਤ ਸਿੰਘ ਸਿੱਧੂ ਉਹਨੂੰ ਚੰਨੀ ਪਾਈ ਵੀ ਕਹਿੰਦੇ ਨੇ ਉਹਨੂੰ ਬਾਹ ਫੜ ਕੇ ਕਦੇ ਕਿਸੇ ਪਾਸੇ ਲੈ ਕੇ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਜੋ ਰਬੜ ਦੀ ਸਟੈਂਪ kia ਜਾ ਰਿਹਾ ਚਰਨਜੀਤ ਸਿੰਘ ਚੰਨੀ ਨੂੰ ਉਹ ਸਹੀ ਹੈ ਅੱਜ ਕਿਵੇਂ ਕਹੀ ਜੇ ਤੁਹਾਨੂੰ ਮੌਕਾ ਨਹੀਂ ਮਿਲਿਆ 10 ਦਿਨ ਹੋਏ ਐ ਜੇ ਤੇ ਇਹਨਾਂ ਦਾ ਹਨੀਮੂਨ ਹੀ ਨਹੀਂ ਮੁੱਕਿਆ ਉਹਦੇ ਚੀਰ ਲੜੀ ਸਿਆਪਾ ਖੜਾ ਹੋ ਗਿਆ ਇਹਨਾਂ ਦਾ ਅੱਜ ਚੰਨੀ ਨੂੰ ਕਿਵੇਂ ਮਾਰਾ ਕਹਿਦੀ ਅਸੀਂ ਚੰਨੀ ਕੋਈ ਗੱਲ ਐਸੀ ਨਹੀਂ ਹੈਗੀ ਜੋ ਜੋ ਸਿੱਖ ਸਿੱਧੂ ਜੋ ਦਿਖਾਈ ਦੇ ਰਿਹਾ ਸੀ ਤੁਸੀਂ ਆਪੇ ਗੱਲ ਕੀਤੀ ਪ੍ਰੋਟੋਕੋਲ ਦੇ ਮੁਤਾਬਕ ਚੱਲਣਾ ਚਾਹੀਦਾ ਕੋਈ ਜਾਰੇ ਵਿੱਚ ਬਿਸ਼ੱਕ ਸੀਐਮਾ ਨੂੰ ਬੰਦਾ ਮਨ ਲੈਣਾ ਚਾਹੀਦਾ ਪ੍ਰਧਾਨ ਹੋਣਗੇ ਠੀਕ ਹੈ ਐਵੇਂ ਕੱਚ ਚ ਲੈ ਕੇ ਤੋਰੇ ਫਿਰਨਾ ਜਾਂ ਉਹਦੀ ਬਾਹ ਫੜ ਕੇ ਖਿੱਚੀ ਫਿਰਨਾ ਇਹ ਸ਼ੋਭਾ ਨਹੀਂ ਦਿੰਦਾ ਇਹ ਲੋਕ ਦਾ ਇਹ ਇਦਾਂ ਗੱਲਾਂ ਦਾ ਲੋਕਾਂ ਨੇ ਬੁਰਾ ਮਨਾਇਆ ਇਸੇ ਕਰਕੇ ਆ ਜਿਹੜਾ ਆੜਾ ਹੁਣ ਆਪਣਾ ਨੂੰ ਦੇਖਣ ਨੂੰ ਮਿਲਿਆ ਇਹ ਵੀ ਰੀਜ਼ਨ ਬਣ ਗਏ ਨਹੀਂ ਤਾਂ ਰਾਮਨਾ ਆਪਣੀ ਗੱਲ ਤੁਸੀਂ ਪਾਰਟੀ ਪ੍ਰਧਾਨ ਨੂੰ ਅੰਦਰ ਬੈਠ ਕੇ ਆਪਣੀ ਗੱਲ ਦੱਸੋ ਮੰਨਵਾਓ ਆ ਤਾਂ ਕੋਈ ਤਰੀਕਾ ਨਹੀਂ ਹੁੰਦਾ ਨਾ ਕਿ ਕਿਸੇ ਨੂੰ ਪੁੱਛੜ ਜਾ ਕੇ ਤੁਰੇ ਫਿਰੋ ਇੱਥੇ ਆਕੇ ਨਵੇਓ ਸਿੰਘ ਸੁਧੀ ਦੀ ਫਿਰ ਗਲਤੀ ਸੀਗੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਰੱਖਣਾ ਚਾਹੀਦਾ ਸੀ ਅਜੇ ਤੱਕ ਚਰਨਜੀਤ ਚੰਨੀ ਨੂੰ ਮੌਕਾ ਹੀ ਨਹੀਂ ਮਿਲਿਆ ਕੰਮ ਕਰਨ ਦਾ ਹਾਲਾਂਕਿ ਹੋਣਾ ਹੋਣਾ ਤਾਂ ਕੀ ਹੈ ਪਰ ਘਟੋ ਘਟ ਮੌਕਾ ਤਾਂ ਦੇਈਏ ਨਾ ਮੈਂ ਵੀ ਜਦੋਂ ਇਹ 20 ਤਰੀਕ ਨੂੰ ਸਮਝ ਚੱਕੀ ਸੀ ਤੇ ਤਿੰਨ ਹਫ਼ਤਿਆਂ ਬਾਰੇ ਕਿਹਾ ਸੀ ਵੀ ਤਿੰਨ ਹਫ਼ਤੇ ਇਹਨਾਂ ਬਾਰੇ ਕੋਈ 네ਗੇਟਿਵ ਨਹੀਂ ਬੋਲਣਾ ਕਿ ਤਿੰ ਤਿੰਨ ਹਫਤੇ ਵੇਖਾਂਗੇ ਤਿੰਨ ਹਫਤਿਆਂ ਚ ਜੇ ਹਾਂ ਕੁਛ ਲੜੀ ਗਏ ਆਪਸ ਚ ਤੇ ਫਿਰ ਕੋਈ ਨਹੀਂ ਨਾ ਮਰੇ ਵੀ ਕਰ ਲਾਂਗੇ ਗੱਲ ਤੇ ਅਜੇ ਮੇਰੇ ਖਿਆਲ ਲਾ 10 ਤਰੀਕ ਤੱਕ ਆਪਾਂ ਵਿਚਾਰ ਕਰਾਂਗੇ ਉਸ ਤੋਂ ਬਾਅਦ ਜਿਹੜੀ ਵੀ ਹਾਲਾਤ ਹੋਗੇ ਬੋਲਣਗੇ ਅੱਜ ਦੀ ਡੈਟ ਵਿੱਚ ਅੰਨੀ ਹੋਣਾ ਦੇ ਖਿਲਾਫ ਕਰਨ ਨੂੰ ਕੁਝ ਨਹੀਂ ਹੈ ਜਿਹੜਾ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹੁੰਚ ਆ ਲਿਆ ਕੁਰਸੀ-ਕੁਰਸੀ ਖੇਡੀ ਜਾ ਰਹੀ ਹੈ ਕਦੇ ਕੈਪਟਨ ਅਮਰਿੰਦਰ ਸਿੰਘ ਨਿਸ਼ਾਨੇ ਸਾਥ ਦੇਣੇ ਕਦੇ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਸਾਥ ਦੇਣੇ ਵਾਰ-ਵਾਰ ਚਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਦੇ ਕੋਲ ਜਾਣਾ ਪੈਂਦਾ ਦਿੱਲੀ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਦਸ਼ਾ ਬਣੀ ਹੋਈ ਹੈ ਤੁ ਜਿਹੜੀ ਦਿਸ਼ਾ ਵੱਲ ਜਾ ਰਿਹਾ ਉਹ ਤਾਂ ਸਭ ਕੋਈ ਦਿਖਾਈ ਦੇ ਰਿਹਾ ਗਲਤ ਹੈ ਵੀ ਇਸ ਦਿਸ਼ਾ ਤੋਂ ਅਸੀਂ ਸਭ ਕੀ ਲੈ ਰਹੇ ਹਾਂ ਇਹਨਾਂ ਨੇ ਜੋ ਨੰਗਾ ਨਾਚ ਇਸ ਵਾਰ ਨੱਚਿਆ ਇਕੱਠੇ ਹੋ ਕੇ ਇਹਨਾਂ ਦਾ ਵਿਖਾਉਣ ਦਾ ਵੀ ਅਸੀਂ ਇਕੱਠੇ ਹਾਂ ਇਹ ਸਾਰੀ ਲੁੱਟ ਖੋਹ ਚ ਇਹਨਾਂ ਦੋ ਪਾਰਟੀਆਂ ਰਵੈਤੀ ਦੇ ਨਾਮ ਲੈਣੇ ਆਪਣੇ ਦਾ ਤਾਂ ਦੱਦਾ ਲੱਗਿਆ ਨਹੀਂ ਇੱਥੇ ਤੋ ਉਹ ਇਹਨਾਂ ਨੇ ਜੋ ਕੁਝ ਹੁਣ ਤੱਕ ਕੀਤਾ ਇਹਨਾਂ ਨੇ ਇਸ ਵਾਰ ਵਿਖਾ ਦਿੱਤਾ ਕਿ ਅਸੀਂ ਇਕੱਠੇ ਹੈਗੇ ਤੇ ਹੁਣ ਜਾਗਣ ਦੀ ਲੋੜ ਤਾਂ ਸਾਡੀ ਹੈ ਜਿਹੜਾ ਤਾਂ ਸਾਡਾ ਹੋ ਗਿਆ ਇਹਨੂੰ ਹੁਣ ਵੇਖਣ ਦੀ ਤਾਂ ਕੋਈ ਲੋੜ ਨਹੀਂ ਬੇ ਕੀ ਵਿਖਾ ਰਹੇ ਇਹਨਾਂ ਨੇ ਤਾਂ ਵਿਖਾਦਾ ਸਾਰਾ ਕੁਝ ਹੁਣ ਤਾਂ ਜਾਗਣ ਦੀ ਲੋੜ ਹੈਗੀ ਸਾਨੂੰ ਤਾਂ ਹੀ ਮੈਂ ਉਹ ਯੋਧ ਨੂੰ ਕਹਿੰਦਾ ਕਿ ਜਿਹੜੇ ਜਵਾਨ ਆ ਉਹ ਜਾਗਣ ਉਹ ਆਪਦੇ ਘਰਾਂ ਦੇ ਵਿੱਚ ਆਪਣੇ ਮਾਂ ਬਾਪ ਦੇ ਗਲ ਫੜਨ ਉਹਨਾਂ ਨੂੰ ਦਸਨ ਵੀ ਸਾਡਾ ਬਣਾ ਕੇ ਦਿੱਤਾ ਤੁਸੀਂ ਹਰ ਘਰ ਵਿੱਚ ਮੁਜਰਮ ਬੈਠੇ ਆ ਅੱਜ ਕੱਲ ਮੈਂ ਕੱਲਾ ਨਹੀਂ ਮੈਂ ਮੈਂ ਕਹਿੰਦਾ ਵੀ ਮੈਂ ਮਜ਼ਰਮ ਮੈਂ ਅਰਜ ਦੇ ਹਲਾਦਾ ਤੇ ਮਤਲਬ ਮੇਰੇ ਉਮਰ ਦੇ ਸਾਰੇ ਲੋਕ ਮਜ਼ਰਮ ਹੈ ਹਰ ਘਰ ਦੇ ਘਰ ਚ ਬੈਠੇ ਹੈ ਤੇ ਉਹ ਜਿਹੜੇ ਊਲਾਦ ਅੱਜ ਦੀ ਜਿਹੜੇ ਯੰਗਸਟਰ ਹੈ ਉਹ ਪੁੱਛਣ ਕੁਐਸਚਨ ਕਰਨ ਆਪਣੇ ਘਰ ਦੇ ਤੋਂ ਕਿਉਂਕਿ ਉਹੀ ਤੇ ਬੰਦੇ ਜਿਹੜੇ ਹੁਣ ਦੁਬਾਰਾ ਫਿਰ ਇਲੈਕਸ਼ਨ ਲੜਾਉਣ ਦੇ ਵਿੱਚ ਮਦਦਾ ਕਰਨਗੇ ਵਰਕਰ ਸੋ ਕਾਲਡ ਵਰਕਰ ਜਿਹੜਾ ਹੈਗਾ 12-15 ਲੱਖ ਬੰਦਾ ਪੰਜਾਬ ਦੇ ਵਿੱਚ ਹੈਗਾ ਉਹ ਫੈਮਲੀਆ ਦੇ ਹੈੱਡ ਹੀ ਹੈਗੇ ਉਹ ਜਿਹਨੋਂ ਆਪਣਾ ਕਿਸਾਨ ਅੰਦੋਲਨ ਦੇ ਵਾਲੇ ਪਾਸੇ ਤੋਂ ਰਹਿੰਦੇ ਆ ਵਾਲੇ ਤੋਂ ਅੱਗੇ ਫਿਰ ਕਿਸਾਨ ਹੋ ਜਾਂਦੇ ਆ ਅਸੀਂ ਜਦੋਂ ਵਾਪਸ ਆਏ ਨਿਕਾਲੀ ਕਾਂਗਰ ਜਾਂ ਕਾਂਗਰਸੀਆਂ ਦੀਆਂ ਰੈਲੀਆਂ 'ਚ ਜਾਣ ਵਾਲੇ ਬੰਦੇ ਜਿਹੜੇ ਹੈਗੇ ਡੁੱਬ ਕੇ ਮਰਨ ਆਲੀ ਕੱਲਾਂ ਵਾਸਤੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਪੰਜਾਬ ਦਾਸ ਬਰਬਾਦ ਕਰਤਾ ਇਹਨਾਂ ਦੋਨਾਂ ਪਾਰਟੀਆਂ ਨੇ ਸਾਡੇ ਬੱਚੇ ਜਿਹੜੇ ਹੈਗੇ ਮੰਗਣ ਲਾ ਦਿੱਤੇ ਨਸ਼ਿਆਂ ਤੇ ਲਾ ਦਿੱਤੇ ਬਾਹਰ ਭੇਜ ਦਿੱਤੇ ਇਸ ਤੋਂ ਵੱਧ ਥੋੜਾ ਹੋਰ ਕੀ ਕਰਕੇ ਵਿਖਾਉਣ ਥੋੜੀ ਥੋੜੀ ਇਸ ਦਾ ਰੋਲ ਤੁਸੀਂ ਥੋੜੇ ਆਪਣੇ ਰੇਪ ਕਰਕੇ ਐਮਐਲਓ ਨੇ ਸੜਕਾਂ 'ਤੇ ਰੋਲਦੀਆਂ ਫਿਰਦੀਆਂ ਜਨਾਨੀਆਂ ਹੋਰ ਕੀ ਕਰਨ ਤੁਹਾਡਾ ਇਹ ਕਦੋਂ ਜਾਗਾਂਗੇ ਸੀ ਤੋ ਮੈਂ ਤਾਂ ਇਹ ਹੀ ਬੇਨਤੀ ਕਰਦਾ ਕਿ ਲੋਕ ਚਾਗ ਲੈਣ ਚਾਗ ਲੈਣ ਇਲੈਕਸ਼ਨ ਦਾ ਟਾਈਮ ਆਉਣ ਲੱਗਾ ਇਸ ਵਾਰ ਸੋਚ ਲਈਏ ਕੋਈ ਦੇਖ ਲਈਏ ਕੋਈ ਕਿਸਾਨ ਅੰਦੋਲਨ ਵਾਲੇ ਪਾਸਿਓ ਕੋਈ ਚੀਜ਼ ਨਵੀਂ ਖੜੀ ਹੁੰਦੀ ਆ ਜਾਂ ਕੋਈ ਦੇਖਾਂਗੇ ਕਈ ਵਾਰੀ ਪੁੱਛ ਲੱਗ ਜਾਂਦੇ ਵੀ ਫਿਰ ਕੀ ਕਰੀਏ ਜੀ ਮੈਂ ਮੈਂ ਬਿਲਕੁਲ ਬਿਲਕੁਲ ਹੁਣ ਜਿਵੇਂ ਤਿੰਨ ਤਿੰਨ ਪਾਰਟੀਆਂ ਨੇ ਉਹ ਪੂਰੀ ਹੋ ਲੰ데 ਉਹ ਕਦੇ ਕੀ ਕਰੀਏ ਜੀ ਮੈਂ ਕਹਿੰਦਾ ਨਾ ਵੀ ਆਪਸ ਵਿੱਚ ਵੋਟ ਪਾਉਣ ਜਾਣੀ ਹੈ ਵੋਟ ਪਾਉਣ ਚ 4 ਮਹੀਨੇ ਪਏ ਤਿੰਨ ਮਹੀਨੇ ਬਾਅਦ ਕਰ ਲਾਂਗੇ ਗੱਲ ਕੀ ਕਰੀਏ ਅਜੇ ਵੇਖਤ ਲਈਏ ਤੁਨੂੰ ਇਹਨਾਂ ਦੇ ਹੋਰ ਨੰਗੇ ਨਾਚ ਵੇਖ ਲਈਏ ਇਸ ਅੱਗੇ ਤਾਂ ਇਹ ਲੋਕ ਕਿ ਘੁੰਡ ਘੜ ਕੇ ਲੜਦੇ ਸੀ ਖੁੱਲ ਕੇ ਲੜ ਰਹੇ ਆ ਆਪਣੀ ਤੇੜ ਦਾ ਨੰਗ ਸ਼ਰਿਆੰ ਦੁਨੀਆ ਨੂੰ ਬੁਖਾਰੇ ਆ ਤੇ ਇਸ ਤੋਂ ਵਧੀਆ ਹੋਰ ਕਿਹੜਾ ਮਤਲਬ ਮਾਹੌਲ ਹੈ ਕਿ ਇਹਨੂੰ ਆਪਾਂ ਵਾਚ ਕਰ ਲਈਏ ਵੇਖ ਲਈਏ ਫਿਰ ਵਿਚਾਰ ਲਾਂਗੇ ਜੇ ਟਾਈਮ ਪਿਆ ਤਾਂ ਉਸ ਕਰਕੇ ਮੈਂ ਲੋਕਾਂ ਨੂੰ ਕਹਿੰਨਾ ਕਿ ਜਾਗਣ ਸਮਾਉਣ ਤੇ ਆਪਾਂ ਇਸੇ ਨਾ ਗੱਲਾਂ ਤੇ ਵੀ ਵਿਚਾਰ ਕਰਾਂਗੇ ਮੈਂ ਆਉਣ ਵਾਲੇ ਸਮੇਂ ਵਿੱਚ ਕਿਸੇ ਚੈਨਲ ਦੇ ਥਰੂ ਬਾਹਰ ਨਿਕਲੂੰਗਾ ਮੈਂ ਸਿਰਫ ਇਸ ਤਰ੍ਹਾਂ ਨਹੀਂ ਬੈਠਾਂਗਾ ਇੰਟਰਵਿਊ ਵਾਸਤੇ ਜਿਵੇਂ ਤੁਸੀਂ ਆਏ ਹੋ ਮੈਂ ਖੁ ਬੀਤੇ ਬਹੁਤ ਜ਼ਰੂਰੀ ਹੈ ਜਿੱਥੇ ਇਹ ਗਲਤ ਕੰਮ ਇਹਨਾਂ ਦੇ ਚੱਲ ਰਹੇ ਜਿਹੜੇ گاਉ ਚੱਲਦੇ ਰਹਿਣਗੇ ਆਉਣ ਵਾਲੇ ਸਮੇਂ 'ਚ ਉਹਨੂੰ ਰੋਕਣ ਦੀ ਵੀ ਵਾਹ ਲਾਵਾਂਗੇ ਨਹੀਂ ਤਾਂ ਲੋਕਾਂ ਨੂੰ ਦਿਖਾਵਾਂਗੇ ਵੀ ਇਹ ਕਿਨਾਰੇ ਕਹਿਣ ਦੀ ਜਿਹੜੇ ਹੈਗੇ ਗੱਲ ਹੋ ਰਹਾ ਤੇ ਕਰਨਾ ਹੋ ਰਹਾ ਤੇ ਮੇਰਾ ਖਿਆਲ ਹੈ 10 ਦਿਨ ਤੋਂ ਬਾਅਦ 10 ਦਿਨ ਤੱਕ ਤਾਂ ਮੈਂ ਇਸ ਵਾਸਤੇ ਵੇਟ ਕਰੂੰਗਾ ਉਸ ਤੋਂ ਬਾਅਦ ਬਾਹਰ ਨਿਕਲ ਕੇ ਕਰਾਂਗੇ ਲੋਕਾਂ ਨੂੰ ਦੱਸਾਂਗੇ ਵੀ ਹਰ ਚੀਜ਼ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਆਪ ਜਗਾ ਸਕੀ ਤੁਹਾਡਾ ਵਿਚਾਰ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਟਿਕਸ ਦੇ ਵਿੱਚ ਜਾਣ ਦਾ ਕਿ ਕਿਸੇ ਪਾਰਟੀ ਨੂੰ ਜੁਆਇਨ ਕਰੋਗੇ ਜਿਹੜੀ ਵੀ ਪੰਜਾਬ ਦੀ ਭਵਿੱਖ ਬਾਰੇ ਚੰਗਾ ਸੋਚਦੀ ਹੈ ਦੇਖਦੇ ਹਾਂ ਜੀ ਅਜੇ ਇਹਦੇ ਬਾਰੇ ਆਮ ਤੌਰ ਤੇ ਪੁੱਛਿਆ ਜਾਂਦਾ ਤੇ ਮੇਰਾ ਇਹੋ ਜਵਾਬ ਹੁੰਦਾ ਵੀ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਅਸੀਂ ਨਹੀਂ ਜਾਵਾਂਗੇ ਤੇ ਹੋਰ ਕੌਣ ਜਾਊਗਾ ਪਰ ਜਿਹੜਾ ਹੁਣ ਦਾ ਜਿਹੜਾ ਮੌਜੂਦਾ ਜਿਹੜਾ ਟਾਂਚਾ ਹੈ ਇਹਨਾਂ ਵਿੱਚ ਤਾਂ ਕੋਈ ਸੈਟ ਕੀ ਹੁਣ ਕੋ ਹੱਲ ਨਹੀਂ ਹੈਗਾ ਜੇ ਕੋਈ ਨਾ ਕੋਈ ਸ਼ੋਰ ਮਿਲਿਆ ਤਾਂ ਹੋ ਸਕਦਾ ਸਾਡੇ ਵਰਗੇ ਬੰਦੇ ਇਹਨਾਂ ਨੂੰ ਦੀ ਕਹਿਣਾ ਪਵੇ ਪਰ ਇਹਨਾਂ ਅੱਗੇ ਬਹੁਤ ਕੁਐਸਚਨ ਹੈਗੇ ਆ ਇਹ ਉਹੀ ਗੱਲਾਂ ਜਿਹੜੀਆਂ ਹੈਗੀਆਂ ਛੱਡਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਕਰਦੀਆਂ ਹਨ ਖਰੀ ਗੱਲ ਕਰਨ ਸੱਚੀ ਗੱਲ ਕਰਨ ਪੰਜਾਬ ਦਾ ਜੋ ਨੁਕਸਾਨ ਹੋਇਆ ਹੋਇਆ ਉਹਨਾਂ ਨੂੰ ਦਿਖਾਈ ਦਿੰਦੇ ਦੱਸਣਾ ਕਿ ਵੀ ਇਹ ਬਿਲਕੁਲ ਬਰਬਾਦ ਹੋਇਆ ਹੋਇਆ ਵੈਸੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਕਾਫੀ ਹੈ ਨਾ ਐਵੇਂ ਝੂਠ ਮਾਰਨ ਦੀ ਲੋੜ ਹੈ ਜੇ ਉਹਨਾਂ ਨੂੰ ਜੋ ਜੋ ਉਹ ਕਰੀ ਜਾਂਦੇ ਜਾਂ ਇਹਨਾਂ ਦੇ ਬੰਦੇ ਜਿਹੜੇ ਇਕੱਠੇ ਕਰ ਰਹੇ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਣਾ ਵਰਕ ਕਰਨ ਇਹਨਾਂ ਕੋਲ ਵਧੀਆ ਲੀਡਰ ਨਹੀਂ ਭਗਵੰਤ ਮਾਨ ਲੀਡਰ ਸੀ ਕਹਿੰਦੇ ਨੇ ਉਹਨਾਂ ਕਰਕੇ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਲੀਡਰ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੁੱਚਾ ਸਿੰਘ ਛੋਟੇ ਪੌਰ ਚਲੇ ਗਏ ਹੋਰ ਵੀ ਵੱਡੇ ਕਮਰ ਸੰਧੂ ਵਰਗੇ ਲੀਡਰ ਬਾਹਰ ਚਲੇ ਗਏ ਤੁਹਾਨੂੰ ਕੀ ਲੱਗਦਾ ਹੁਣ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੇ ਹਾਲੇ ਡਿਸਾਈਡ ਨਹੀਂ ਕੀਤਾ ਪਰ ਤੁਹਾਨੂੰ ਕੀ ਲੱਗਦਾ ਇੱਕ ਲੋਕ ਰਾਏ ਵੀ ਹੁੰਦੀ ਹੈ ਦੇਖੋ ਜੀ ਹੁਣ ਬੰਨ ਨੇ ਚੰਗੇ ਬੰਦੇ ਤੁਸੀਂ ਕਹਿੰਦੇ ਹੋ ਸਾਰੇ ਜਿਹੜੀ ਪੋਲਿਟਿਕਸ ਹੁੰਦੀ ਹੈ ਇਹਦੇ ਵਿੱਚ ਉਹ ਇਹ ਕਹਿੰਦੇ ਨਾ ਕਿੰਦੇ ਕੋਈ ਉਸੂਲ ਹੈ ਤੇ ਨਾ ਹੀ ਕਹਿੰਦੇ ਕੋਈ ਮਿੱਤਰਤਾ ਤੇ ਦੁਸ਼ਮਣੀ ਹੈ ਮੈਂ ਦੋਨੋਂ ਗੱਲਾਂ ਨੂੰ ਗਲਤ ਕਹਣਾ ਹੈ ਉਸੂਲ ਵੀ ਹੋਣੇ ਚਾਹੀਦੇ ਆ ਮਿੱਤਰਤਾ ਵੀ ਹੋਣੀ ਚਾਹੀਦੀ ਤੇ ਦੁਸ਼ਮਣੀ ਵੀ ਹੋਣੀ ਚਾਹੀਦੀ ਹੈ ਤੋਂ ਇਸ ਤਰ੍ਹਾਂ ਕਰਕੇ ਕੋਈ ਇਹ ਤਾਂ ਉਹ ਆਪ ਹੀ ਦੇਖਣਗੇ ਕਿ ਕਿਹੜਾ ਉਹਨਾਂ ਚਿਹਰਾ ਦਿਖਾਈ ਦਿੰਦਾ ਕਿ ਉਹਨਾਂ ਨੇ ਆਪਣੇ ਫਰੇਮ ਚੋਂ ਦੇਖਣਾ ਤੇ ਇਸ ਕਰਕੇ ਦੇਖਣਗੇ ਕੋਈ ਚੰਗੇ ਲੱਭਣਗੇ ਹੁਣ ਤਾਂ ਦਲਿਤ ਵਾਲਾ ਕੰਮ ਚੱਲ ਪਿਆ ਨਾ ਵਾ ਤਾਂ ਹੁਣ ਤਾਂ ਮੇਰੇ ਖਿਆਲ ਹੋਰ ਛੋਛੋਪਾਂਜ ਹੋ ਗਈ ਹੁਣੀ ਹੈ ਹੋਰ ਨਵੀਂ ਇੱਕ ਕੀ ਕਹਿੰਦੇ ਹਨ ਇਮਤਿਹਾਨ ਨਵਾਂ ਆ ਗਿਆ ਅਕਾਲੀ ਦਲ ਵਾਲੇ ਵੀ ਇਹ ਗੇਮ ਖੇਢੀ ਜਾਂਦੇ ਕਾਂਗਰਸ ਨੇ ਵੀ ਖੇੜਤੀ ਸੀ ਅਮੀ ਬਣਾ ਦਿੱਤਾ ਤਾਂ ਮੇਰਾ ਖਿਆਲ ਹੈ ਕਿ ਹੁਣ ਇਹਨਾਂ ਨੂੰ ਵੀ ਦੇਖਣਾ ਪਊਗਾ ਜੇ ਕੋਈ ਦਲਤ ਫੇਸ ਚੰਗਾ ਲੱਗ ਜੇ ਤਾਂ ਫਿਰ ਕੰਪੀਟੀਸ਼ਨ ਚ ਆਉਣ ਦੇ ਵਾਸਤੇ ਬੈਟਰ ਰਹਿਣਗੇ ਤੇ ਅਸੀਂ ਤਾਂ ਕਾਮਨਾ ਕਰਦੇ ਹਾਂ ਜੀ ਫਿਰ ਵੀ ਬਾਈ ਡਿਫਾਲਟ ਫਿਰ ਮੈਂ ਕਿਹਾ ਵਾਰ-ਵਾਰ ਵੀ ਜੇ ਹੋਰ ਕੋਈ ਨਹੀਂ ਤਾਂ ਫਿਰ ਆਪ ਵਾਲੇ ਵੀ ਜੇ ਆਪਣੇ ਆਪ ਨੂੰ ਸੁਧਾਰਨ ਦਾ ਸੀ ਆਉਣ ਵਾਲੇ ਸਮੇਂ ਚ ਵਕਤ ਵਿਚਾਰ ਕੇ ਦੇਖਾਂਗੇ ਤੇ ਨਹੀਂ ਕੋਈ ਹੋਊਗਾ ਜਿਸ ਤਰ੍ਹਾਂ ਦੀ ਹਾਲਾਤ ਹੋਣਗੇ ਉਹ ਜੇ ਲੋਕ ਇਸ ਹਨ ਸਾਫ ਦਾ ਡੀਐਸਪੀ ਬਲਵਿੰਦਰ ਸਿੰਘ ਸ਼ੇਖੋਂ ਪੰਜਾਬ ਦੇ ਮਾਮਲਿਆਂ ਦੇ ਉੱਪਰ ਬੜੀ ਖੁੱਲ੍ਹ ਕੇ ਵਿਚਾਰ ਦਿੰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜਿਹੜੀ ਦਸ਼ਾ ਹੈ ਉਹ ਲਗਾਤਾਰ ਰਾਜਨੀਤਿਕ ਪਾਰਟੀਆਂ ਨੇ ਖਰਾਬ ਕੀਤੀ ਹੋਈ ਹੈ ਪੰਜਾਬ ਦੇ ਭਵਿੱਖ ਨੂੰ ਸੋਚਦੇ ਹਾਂ ਸਾਨੂੰ ਲੋਕਾਂ ਨੂੰ ਹਮਲਾ ਮਾਰਨ ਦੀ ਲੋੜ ਹੈ ਵੋਟ ਅਸੀਂ ਲੋਕ ਹੀ ਪਾਉਂਦੇ ਹਾਂ ਅਸੀਂ ਲੋਕ ਹੀ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੇ ਹਾਂ ਉੱਚੇ ਅਹੁਦਿਆਂ ਤੇ ਬਿਠਾਉਂਦੇ ਹਾਂ ਤੇ ਸਾਨੂੰ ਵੋਟ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿਹੜੇ ਲੋਕ ਪੰਜਾਬ ਦੀ ਦਿਸ਼ਾ ਨੂੰ ਸਵਾਰ ਸਕਦੇ ਨੇ ਪੰਜਾਬ ਨੂੰ ਚੰਗੀ ਦਿਸ਼ਾ ਦੇ ਵਿੱਚ ਲੈ ਜਾ ਸਕਦੇ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ ਚੰਡੀਗੜ੍ਹ